ਸਲਾਮ ਅਲੈਕੁਮ ਸਜਣੋ ਤੇ ਬੈਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਹੈ ਜੀ ਜੁਮਾਤੁਲ ਮੁਬਾਰਕ ਦਾ, ਅਤੇ ਇਸ ਟਾਈਮ ਫਹਰੇ ਸਿਆਲਕੋਟ, ਸਿਆਲਕੋਟ ਦੇ ਨੰਬਰ 1 ਅਤੇ ਬ੍ਰੈਂਡ ਵਪਾਰੀ ਸੂਬੇਦਾਰ ਰਫਾਕਤ ਸਾਹਿਬ ਦੇ ਡੇਰੇ 'ਤੇ ਮੌਜੂਦ ਆ। ਅਤੇ ਮਾਸ਼ਾਅੱਲਾ ਜੀ, ਸੂਬੇਦਾਰ ਸਾਹਿਬ ਨੇ ਅੱਜ ਫਿਰ ਇਹ ਕਹਿਣ 'ਤੇ ਮਜਬੂਰ ਕੀਤਾ ਕਿ ਸੂਬੇਦਾਰ ਸਾਹਿਬ ਆ ਗਏ ਨੇ ਅਤੇ ਛਾ ਗਏ ਨੇ। ਮਾਸ਼ਾਅੱਲਾ ਜੀ, ਸੂਬੇਦਾਰ ਸਾਹਿਬ ਨੇ ਰਿਕਾਰਡ ਕਾਇਮ ਕੀਤਾ ਮਿਹਨਤ ਕਰਕੇ ਦੋਸਤਾਂ ਵਾਸਤੇ। 1, 2, 3, 4, 5, 10, 15, 20, 25, 30, 35, 40 ਨਹੀਂ ਬਲਕਿ 45 ਖੂਬਸੂਰਤ ਅਸਲੀ ਅਤੇ ਨਸਲੀ ਜਾਨਵਰ ਲੈ ਕੇ ਆਏ ਨੇ। ਕਮ ਅਜ਼ ਕਮ ਕੀਮਤ ਹੈ ਜੀ 2,40,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਹਾਂ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ ਜੀ, ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ ਅਤੇ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ ਹੈ। ਸੂਬੇਦਾਰ ਸਾਹਿਬ ਬੈਠੇ ਨੇ ਉੱਥੇ ਡੇਰਾ ਲਾ ਕੇ ਅਤੇ ਪੈਗਾਮ ਉੱਥੇ ਲੈਂਦੇ ਹਾਂ ਅਤੇ ਫਿਰ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਜੀ। ਜੀ ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਜੀ। ਸੂਬੇਦਾਰ ਸਾਹਿਬ ਕੀ ਹਾਲ, ਠੀਕ ਹੋ? ਬੜਾ ਸੋਹਣੇ ਮਾਲਕ ਦਾ, ਬੜਾ ਸੋਹਣੇ ਮਾਲਕ ਦਾ ਕਰਾਂਗੇ। ਮਾਸ਼ਾਅੱਲਾ ਜੀ, ਸਿਲਸਿਲਾਵਾਰ ਵੀਡੀਓ ਵਿੱਚ ਸ਼ੌਕ ਅਚਾ ਕਰਾਉਂਦੇ ਹੋ, ਆਏ ਰੋਜ਼ ਨਵੇਂ ਤੋਂ ਨਵਾਂ ਰਿਕਾਰਡ ਬਣਾਉਂਦੇ ਹੋ। ਅੱਜ ਫਿਰ ਨਵਾਂ ਰਿਕਾਰਡ ਬਣ ਗਿਆ, ਅੱਗੇ 35 ਗਾਵਾਂ ਦਾ ਹੈ, ਅੱਜ 45 ਗਾਵਾਂ ਦਾ ਹੋ ਗਿਆ ਮਾਸ਼ਾਅੱਲਾ। ਮੇਰੀ ਤਰਫੋਂ, ਤੁਹਾਡੀ ਤਰਫੋਂ, ਮੇਰੇ ਬਰਖੁਦਾ ਦੀ ਤਰਫੋਂ, ਮੇਰੇ ਮਹਿਮਾਨ ਨੇ ਇਹਨਾਂ ਦੀ ਤਰਫੋਂ, ਮੈਂਬਰ ਸਾਹਿਬ ਦੀ ਤਰਫੋਂ, ਉਹ ਜਿਹੜਾ ਦੀਵਾਨਾ ਸਹੀ ਦੁਖੀ ਭਾਅ ਜੀ ਉਹਦੀ ਤਰਫੋਂ ਖਸੂਸੀ, ਉਹ ਮੇਰੇ ਜਿਹੜੇ ਪੱਠੇ ਪਾਉਣਾ ਸ਼ੇਰ ਨੇ ਸਭ ਤਰਫੋਂ ਦੀ ਸਲਾਮਾਂ ਰੱਖ। ਇਹ ਮੈਨੂੰ ਤਾਂ ਪੁੱਛਿਆ ਉਹ ਹੀ ਤਰਫੋਂ ਖਸੂਸੀ ਕਿਉਂ ਹੋਵੇ, ਉਹ ਤੁਹਾਨੂੰ ਵਜ਼ਾਹ ਨਾ ਦੱਸਾਂਗਾ ਨਾ। ਇੱਕ ਆਰਮੀ 'ਚ ਕਿਸੇ ਸਿਪਾਹੀ ਦੀ ਤਾਰੀਫ ਹੁੰਦੀ ਤਾਂ ਉਹਦੀ ਫਿਰ ਵੰਡ ਵੀ ਦੱਸੀ ਜਾਂਦੀ ਹੈ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸਰੂਰ, ਸਿਆਲਕੋਟ 16-17 ਕਿਲੋਮੀਟਰ, ਸਿਆਲਕੋਟ ਸਿੱਧਾ ਇੱਲੀ ਤੋਂ ਕੀ ਹੈ ਅੱਗੋਂ ਭਾਗੋਵਾਲ, ਅਤੇ ਭਾਗੋਵਾਲ ਅੱਗੇ ਇਹ ਰੋਡ ਦੇ ਉੱਤੇ ਹੀ ਆ ਮਿੰਬਰ ਦਾ ਵੇਲਣਾ ਅਤੇ ਆ ਦੁਕਾਨਾਂ ਨੇ, ਫਲੋਰੇ ਚੌਂਕ ਤੋਂ ਪਹਿਲੀ, ਫਲੋਰੇ ਚੌਂਕ ਤੋਂ ਪਹਿਲਾਂ ਹੀ ਇੱਧਰੋਂ ਆਓ ਅਤੇ ਚਵਿੰਡਾ ਹੀ ਸਾਈਡ ਤੋਂ, ਅਤੇ ਚਵਿੰਡੋ 2-3 ਕਿਲੋਮੀਟਰ। ਅਤੇ ਮੇਰੇ ਸੋਹਣੇ ਮਾਲਕ ਦੇ ਕਰਮਨਾ ਫਰਾਜ਼ ਸਾਹਿਬ, ਰਿਕਾਰਡ ਅਤੇ ਰਿਕਾਰਡ ਮੇਰਾ ਮਾਲਕ ਬਣਾਉਂਦਾ, ਮੈਂ ਗਰੀਬ ਆਦਮੀ ਹਾਂ, ਮੈਂ ਕੱਖ ਨਹੀਂ ਕਰ ਸਕਦਾ। ਮਾਸ਼ਾਅੱਲਾ। ਇਸਦਾ ਇਹ ਫਿਰ ਉੱਧਰ ਤੋਂ ਬਾਹਰ ਹੋਏ ਸ਼ੌਕ ਪੈ ਕੀ ਕਰਨ ਡਿਆ, ਛਿਦਾਈ ਹੋਈ ਆ, ਛਿਦਾਈ ਹੋਈ ਆ ਜੀ। ਇਨਸ਼ਾਅੱਲਾ ਜੀ, ਇਹ ਵੀ ਬ੍ਰਾਂਡ ਹੈ ਜੀ, ਪਿੱਛੇ ਤਾਂ ਵਿਖਾਉਣ ਇੱਕ ਵਾਰੀ ਰਾਜ ਸਾਹਿਬ, ਇੱਕ ਵਾਰੀ ਵੇਖ ਦਿਲ ਤੇ ਖੁਸ਼ ਕਰੋ। ਮਾਸ਼ਾਅੱਲਾ ਜੀ, ਜ਼ਿੰਦਾਬਾਦ ਜੀ। ਸੁਬੇਦਾਰ ਸਾਹਿਬ, ਫਰਾਜ਼ ਸਾਹਿਬ, ਜਦੋਂ ਵੀ ਕੋਈ ਵੀ ਕਾਰੋਬਾਰ ਹੁੰਦਾ ਨਾ ਇਸ਼ਕ ਦਾ, ਪਿੱਛੇ ਇਸ਼ਕ ਪਿੱਛੇ ਲੋਕ ਡੁੱਬ ਵੀ ਜਾਂਦੇ, ਮਰ ਵੀ ਜਾਂਦੇ, ਨਸ ਵੀ ਜਾਂਦੇ, ਦਰਿਆਵਾਂ 'ਚ ਰੁੜ ਜਾਂਦੇ ਨੇ। ਉਹ ਕਿਹੜਾ ਕਿਤੇ ਪਿੱਛੇ ਰੁੜ ਗਿਆ ਸੀ ਜਿਹੜਾ ਘੜਾ ਜਿਹੜਾ ਕੱਚਾ ਰਾਸ਼ਾ ਮਿਬਰਾ ਦਾ ਸਭ ਕੌਣ, ਉਹ ਸੋਹਣੀ ਰੁੜ ਗਈ ਸੀ, ਸੋਹਣੀ ਕਿਤੇ ਮਗਰ ਦੂਜਾ ਤੁਸਾਂ ਕਿਹਾ ਵੇ ਕਿ ਤੇਰੀ 21,000 ਤੋਂ ਜ਼ਿਆਦਾ ਇਹ ਕਿਹੜਾ ਯੂਟਿਊਬ ਤੇ, ਯੂਟਿਊਬ ਤੇ ਚੱਲ ਗਈ ਹੈ, ਇਹ ਵੀ ਤੇਰਾ ਰਿਕਾਰਡ, ਇੱਕ ਹਫਤੇ ਦੇ ਅੰਦਰ ਨਾਲ ਟਾਈਮ ਪੀਰੀਅਡ ਵੀ ਦੱਸੋ, ਯਾਨੀ ਕਿ ਪਿਛਲੇ ਇੰਨਾ ਪਿਛਲੇ ਜੁਮੇ ਵਾਲੇ ਦਿਨ ਬਣੀ ਸੀ ਜਿਹੜੀ ਜੁਮੇ, ਤੇ ਮੇਰਾ ਵੀ ਰਿਕਾਰਡ, ਮੇਰੇ ਭਰਾਵਾਂ ਦਾ ਰਿਕਾਰਡ ਹੈ ਜਿਹੜੇ ਮੈਨੂੰ ਖੁਸ਼ ਹੋ ਕੇ ਵਹਿੰਦੇ ਨੇ। ਤੇ ਜੇ ਮੈਂ ਆਪਣੇ ਭਰਾਵਾਂ ਨੂੰ ਕੋਈ ਦੇਸੀ ਮੇਸੀ ਕੋਈ ਢੱਕੀ ਮੱਗੀ ਚਾੜ ਚੂੜ ਕੇ ਵਿਖਾਈ ਨਾ, ਤਾਂ ਮੇਰੀ ਵੀਡੀਓ ਨਾ ਵੇਖਣ ਕਰ, ਜਦੋਂ ਮੇਰੀ ਵੀਡੀਓ ਹੈ ਚਾਚਾ ਸੂਬੇ ਦਾ ਟਿੱਕ ਗਾਂ।
ਐਂਜੀ ਹੁੰਦੀ ਨੀ ਉੱਤੇ ਜੀ, ਚਾਚਾ ਸੂਬੇਦਾਰ ਅੱਗੇ ਚੱਲ, ਤੂੰ ਅਗਲਾ ਲਾ, ਤੂੰ ਅਗਲਾ ਗੇਰ ਲਾ, ਤੂੰ ਇੱਧਰ ਵੇਖੋ, ਆ ਗੱਲ ਅਸੂਲ ਲਾਉਣੀ ਚਾਹੀਦੀ ਹੈ ਕਿ ਅਗਲਾ ਲਾ, ਤੂੰ ਸਵਾਦ, ਤੂੰ ਪੂਰੀ ਚੱਸ ਨੀ ਕਰਾਉਂਦਾ, ਪੂਰੀ ਚੱਸ ਕਰਾ ਮੇਰੀਆਂ ਮੋਨੀਆਂ ਵਹਿੜੀਆਂ ਦੀ ਪੂਰੀ ਚੱਸ ਆਏ ਤੇ ਚਾਚੇ ਦੀ ਸਾਰੀ ਵੀਡੀਓ ਵੇਖਿਓ, ਨਹੀਂ ਤੇ ਚਾਚਾ ਅਗਲਾ ਲਾ, ਅੱਗੇ ਅਗਲਾ ਲਾ ਆਉਂਦੇ ਨਾ, ਚੱਲੋ ਜੋ ਮਤਲਬ ਸਿਪਾਹੀ ਆਰਮੀ ਨਾ ਸਹੀ ਕੰਮ, ਚੱਲੋ ਅਗਲਾ ਲਾ, ਤੂੰ ਨਾ ਜਾ ਕੇ ਕੰਮ ਕਰ ਜਾ ਕੇ, ਪੱਗਿਆ ਪੁੱਤਰ ਤੂੰ ਅਗਲਾ, ਦੂਜੇ ਨੂੰ ਆਉਂਦੇ ਲੱਗਿਆ, ਤੇ ਜੇ ਮੇਰੀ ਚੱਸ ਨਾ ਆਇਆ ਇਸ ਵੀਡੀਓ ਦੀ, ਉਸ ਵੀਡੀਓ ਨਾਲ ਜ਼ਿਆਦਾ ਆਏ ਤੇ ਮੇਰੇ ਭਰਾ ਥੱਲੇ ਮੋਟਾ ਮੋਟਾ ਕਰਕੇ ਲਿਖਣ, ਚਾਚਾ ਸੂਬੇਦਾਰ ਕੀ ਐਵੇਂ ਮਾਰਦਾ ਫਿਰ ਨਵੇਂ, ਤੇਰੀ ਵਹਿੜੀਆਂ ਦੀ ਸਵਾਦ ਨਹੀਂ ਆਈ, ਸਾਰੀਆਂ ਹੀ ਮੋਨੀਆਂ, ਇੱਕ ਉਹ ਸਿੰਘਾਂ ਵਾਲੀ, ਉਹ ਕੀ ਹੈ ਕਿ ਉਹਦਾ ਥੱਲਿਓਂ ਤੇਰਾ ਸਵਾਦ ਪੂਰਾ ਦੇ ਦਿੱਤਾ, ਦੂਸਰੀਆਂ ਮੈਂ ਕਿੰਨੀਆਂ ਵੀਡੀਓ ਅੱਜ ਕਿੰਨੀਆਂ ਚਾੜਨੀਆਂ ਨੇ ਪੈਂਤਾਲੀਆਂ ਚੋਂ, ਤੁਹਾਡਾ ਹੁਕਮ ਹੋਣਾ ਤਾਂ ਉਦੋਂ ਆਉਂਦੇ ਨਾ ਰੋਲਿਆ 14-15 ਦੇ ਅੱਗੇ ਪਿੱਛੇ ਹੋਈ ਇਹਨੂੰ ਕਾਫੀ ਨਹੀਂ, ਕਿਉਂਕਿ ਅੱਜ ਵੀਡੀਓ ਫਿਰ ਲੰਮੀ ਹੋਈ ਹੁੰਦੀ ਸੂਬੇਦਾਰ ਸਾਹਿਬ, 14-15 ਮੈਂ ਤੁਹਾਡੀ ਦਿਨ ਮੰਨਣੀ, ਜੋ ਤੁਸੀਂ ਕਹਿਣਾ ਇਹਨੂੰ ਬੰਨ ਕੇ ਆ ਜਾ ਉੱਥੇ ਬੰਨਿਆ, 14-15 ਵੀਡੀਓ ਠੀਕ ਹੈ ਜਿੰਨੀਆਂ ਤੁਸੀਂ, ਤੇ ਜੇ ਇੱਕ ਤੋਂ ਜਿਹੜੀ ਆਖਿਰ ਤੇ ਆ ਗਿਆ ਹੈਗੀ ਨਾ, ਉਹ ਮੇਰੇ ਭਰਾ ਜਿਹੜੇ ਨਹੀਂ ਵੀ ਰੱਖਦੇ ਨੇ ਉਹ ਵੀ ਆਖਣਗੇ ਯਾਰ ਮੇਰੇ ਮਾਲਕ ਐਂ ਦੀ ਸਾਨੂੰ ਦੇ, ਅਸੀਂ ਇੰਝ ਸਮਝੀਏ ਤੇ ਨਾਲ ਬੰਨ ਕੇ ਉੱਠ ਕੇ ਇਹਨੂੰ ਵੇਖ ਲਈਏ ਕਰੀਏ, ਤੇ ਫਿਰ ਲੰਮੇ ਪੈ ਲਈਏ ਕਰੀਏ, ਇੰਨੀ ਕੁ ਸੋਹਣੀ ਮੇਰੇ ਸੋਹਣੇ ਮਾਲਕ ਨੇ ਬਣਾੜੀ, ਸੋਹਣੇ ਮਾਲਕ ਨੇ, ਤੇ ਉਹ ਐਡੀ ਸੋਹਣੀ ਵੇਖ ਕੇ ਤੂੰ ਕਹਿਣਾ ਮੇਰਾ ਮਾਲਕ ਸੋਹਣਾ ਕਿੱਡਾ ਕੁ ਖੂਬਸੂਰਤ ਹੋਏਗਾ ਜਿਹਨੇ ਐਡੀ ਸੋਹਣੀ ਵਹਿੜੀ ਬਣਾਈ ਹੈ ਤਈਬ ਸਾਹਿਬ, ਤੇ ਰਿਕਾਰਡ ਜਦੋਂ ਬਣਾਉਂਦਾ ਇੱਧਰ ਵੇਖੋ, ਫਲ ਕਦੋਂ ਲੱਗਦਾ ਵੇ, ਝੁੱਕੇ ਦਰਖਤ ਨੂੰ ਲੱਗਦਾ, ਕਦੀ ਖੜੇ ਨੂੰ ਨਹੀਂ ਲੱਗਾ, ਅੱਜ ਤੱਕ ਆਪਣੀ ਵੀਡੀਓ ਦੇ ਵਿੱਚ ਫਰਾਜ ਸਾਹਿਬ ਕਿਸੇ ਦੂਜੇ ਬੰਦੇ ਦਾ ਖਿਆਲ ਹੀ ਨਹੀਂ ਕਿ ਦੂਰੇ ਵੀਡੀਓ ਇਹਦਾ ਆਇਆ, ਕਿ ਇੱਧਰ ਵੇਖੋ ਜਦੋਂ ਅੱਲਾਹ ਤਾਲਾ ਫਰਾਜ ਸਾਹਿਬ ਸਭ ਤੋਂ ਜ਼ਿਆਦਾ ਪਿਆਰ ਕਿਹਦੇ ਨਾਲ ਕਰਦਾ, ਜਿਹੜਾ ਉਹਦੇ ਬੰਦਿਆਂ ਨਾਲ ਪਿਆਰ ਕਰੇ ਸਾਹਿਬ ਸਭ ਤੋਂ ਜ਼ਿਆਦਾ, ਤੇ ਜੇ ਮੈਂ ਉਹਦੇ ਬੰਦਿਆਂ ਨਾਲ ਪਿਆਰ ਨਹੀਂ ਨਾ ਕਰਾਂਗਾ ਤੇ ਮੇਰਾ ਮਾਲਕ ਮੇਰੇ ਨਾਲ ਪਿਆਰ ਨਹੀਂ, ਤਾਂ ਮੈਨੂੰ ਵੀ ਹੁਣ ਚੱਸ ਆਉਂਦੀ ਜੇ ਇੱਥੇ ਵੀਡੀਓ ਬਣਾਉਣ ਦੀ, ਉੱਥੇ ਤੁਹਾਨੂੰ ਪਤਾ ਫਿਰ ਤੂੰ ਆਖਣਾ ਆ ਬਲਾਲ ਮੇਰੇ ਮਗਰ ਚੜ ਜਾਏਗਾ, ਫੌਜੀ ਬੰਦਾ ਤੁਹਾਨੂੰ ਪਤਾ ਘਰ ਰੱਖ ਬੜਾ ਡਰਦਾ ਵੀ, ਇਹ ਨਾ ਉਹਦਿਆਂ ਘਰ ਕੋਲ ਤਾਂ ਮੈਂ ਖੁੱਲ੍ਹ ਕੇ ਬੋਲ ਨਹੀਂ ਸਕਦਾ, ਅਤੇ ਇੱਥੇ ਪਤਾ ਹੁਣ ਕੀ ਹੋ ਗਿਆ, ਇੱਥੇ ਖੁੱਲ੍ਹਾ ਮੈਦਾਨ, ਇੱਧਰ ਵੀ ਬਾਹਰੋ, ਇੱਧਰ ਵੀ ਬਾਹਰੋ, ਇੱਧਰ ਵੀ ਖੁੱਲ੍ਹਾ ਮੈਦਾਨ, ਇੱਧਰ ਵੀ ਖੁੱਲ੍ਹਾ ਮੈਦਾਨ, ਅਤੇ ਪੁੱਤਰ ਮੇਰਾ ਆਉਂਦਾ ਤੂੰ ਅੱਬਾ ਸਵੇਰ ਇੱਦਾਂ ਇੱਦਾਂ, ਯਕੀਨ ਕਰੋ ਕਿ ਸ਼ਾਮੀ ਮੈਂ ਯਾਨੀ ਕਿ ਇਸ਼ਕ ਇੰਨਾ ਕੁ ਸਾਰਾ, ਕਿਉਂਕਿ ਮੈਂ ਰੋਜ਼ਾ ਰੱਖਿਆ ਮੁਸਲਮਾਨ, ਮੈਂ ਇੱਕ ਰੋਜ਼ਾ ਨਹੀਂ ਖਿਜਾਇਆ, ਮਾਲ ਵੀ ਲੈ ਕੇ ਜਾਂਦਾ ਰਹੀ ਹੈ, ਮੈਨੂੰ ਇਹ ਵੀ ਕਹਿੰਦੇ ਸਫ਼ਰ ਵਿੱਚ ਵੀ ਬੰਦਾ ਜੋ ਲੈਣ ਜਾਏ ਗੁੰਜਾਇਸ਼ ਹੈ, ਲੇਕਿਨ ਨਹੀਂ, ਰਾਤੀ ਇੱਥੇ ਅਫਤਾਰੀ ਕੀਤੀ ਹੈ ਅਤੇ ਡੰਗਰਾਂ ਵਿੱਚ ਹੀ ਬੈਠਾ ਬੂਟਾ ਰਿਹਾ, ਇਹ ਬੰਦੇ ਗਵਾਹ ਨੇ, ਮੈਂ ਰਾਤੀ 2 ਵਜੇ ਗਿਆ ਜੋ ਘਰ ਗਿਆ ਨਾ, ਉਹਨੇ ਕਿਹਾ ਤੂੰ ਖਾਣਾ ਹੀ ਸ਼ਾਮ ਦਾ ਖਾਧਾ, ਮੈਂ ਕਿਹਾ ਅਫਤਾਰੀ ਕਰ ਲਈ ਹੁਣ ਨਾ ਸਹਿਰੀ ਕਰਾਹੜੋ, ਉਸ ਨਸ਼ੇ ਵਿੱਚ ਹੀ ਰਿਹਾ ਵਾ, ਨਾਗਲੇ ਤਾਂ ਮੋਨੀਆਂ ਵਹਿੜੀਆਂ, ਇਹਨੂੰ ਵੇਖਣਾ ਉਠਾ ਕੇ ਦੋਨੂੰ ਉਹਨੂੰ ਦੋਨੂੰ, ਅਤੇ ਇਹ ਫਰਾਜ ਸਾਹਿਬ ਨਸ਼ਾ ਹੈ, ਨਸ਼ਾ ਹੈ, ਨਸ਼ਾ ਦਿਆ ਜਾ, ਵੱਧ ਤੋਂ ਵੱਧ ਨਸ਼ਾ ਨਾ ਹੋਏਗਾ ਮੇਰੇ ਭਰਾਵਾਂ ਤੋਂ, ਦੂਜਾ ਮੈਨੂੰ ਗੱਲ ਭੁੱਲ ਗਿਆ, ਜੀ ਚਾਂਗਰੀਆ ਤੋਂ ਜਾਣ ਦਿਓਗੇ ਸਾਗ, ਉਹਦੇ ਪੁੱਤਰਾਂ ਨੇ ਅੱਜ ਉਹਨੂੰ ਫੋਨ ਕੀਤਾ ਥੋੜ੍ਹੀ ਦੇਰ ਪਹਿਲਾਂ, ਉਹਨੇ ਕਿਹਾ ਅੱਬਾ ਕਮਾਈ ਅਸੀਂ ਵੀ ਬੜੀ ਕਰਦੇ ਹਾਂ, ਤੂੰ ਵੀ ਬੜੇ ਪਲਾਣ ਲੈਣਾ, ਸਭ ਕੁਛ ਕਰਨਾ, ਉਹ ਜਿਹੜੀ ਇੱਜ਼ਤ ਅਸਟਮ ਚਾਚੇ ਦੀ ਹੈ ਨਾ, ਉਹ ਬਾਦਸ਼ਾਹਾਂ ਦੀ ਵੀ ਨਹੀਂ ਹੋ, ਇਹ ਬਹਿ ਜਾ ਚਾਚੇ ਦੀ ਹੋ ਗਈ, ਉਹ ਮੇਰੇ ਬੜੇ ਪਿਆਰ ਵਾਲੇ ਜੀ ਦੇ, ਮਾਸ਼ਾਅੱਲਾ, ਤੇ ਉਹਨੇ ਕਿਹਾ ਬਹਿ ਜਾ ਸੋਹਣੇ ਮਾਲਕ ਦਾ ਹੋ ਗਈ ਆ, ਉਹਦਾ ਇਸ ਟਾਈਮ ਨਾ ਹੀ ਰੱਬ ਨੇ ਬੜਾ ਸਾਰਾ ਬਣਾਟ ਹੈ, ਤੇ ਨਾ ਵਾ ਤੇ ਫਰਾਜ ਸਾਹਿਬ ਲੋਕ ਬੜਾ ਬੜਾ ਕੋਈ ਕਰਦੇ ਨੇ ਮੇਰੇ ਸੋਹਣੇ ਮਾਲ ਦੇ ਕਰਮ ਨਾਲ, ਅੱਲਾ ਨੇ ਵਾਕਈ ਹੁਣ ਪਤਾ ਲੋਕ ਜੀ ਮੇਰੀ ਵੀਡੀਓ ਬਣਾਉਂਦੇ ਜੇ ਕਿਤੇ ਮਿਲ ਨਾ ਉੱਠਿਆ ਤਾਂ ਵੀ ਬੜਾ ਇੰਜ ਕੱਢ ਕੇ ਨਾ ਮੋਬਾਈਲ ਇੰਜ ਕੱਢ ਕੇ ਮੋਬਾਈਲ ਯਕੀਨ ਕਰੋ ਹੁਣ ਇੰਜ ਕਰਕੇ ਮੇਰੀ ਵੀਡੀਓ ਬਣਾਉਂਦੇ ਨੇ, ਚਾਚਾ ਸਾਡਾ ਵੀਡੀਓ ਤਾਂ ਬਣਾ, ਇਹ ਉਹਦਾ ਕਰਵੇ ਮੈਂ ਕੀ, ਮੈਂ ਕੱਚੀਆਂ ਬੁੱਚੀਆਂ ਚਾਰਦਾ ਰਿਹਾ, ਝੂਠ ਮਾਰਦਾ ਰਹਾਂ, ਉਹ ਇੱਜ਼ਤ ਦੀ ਇੱਜ਼ਤ ਹੈ ਵੇਖ, ਹੁਣ ਤੇਰਾ ਮੈਂਬਰ ਸਾਹਿਬ
ਚੱਸ ਮੇਰੇ ਭਰਾਵਾਂ ਤੇਰੀ ਕੋਈ ਗੱਲ ਆ, ਮੈਂ ਤੁਹਾਡੀ ਗੱਲ ਦੀ ਗੱਲ ਕਰਨੀ ਹੈ ਕਿ ਤੁਸੀਂ ਕਹਿ ਨਾ ਭਈ ਬੰਦਿਆਂ ਚੋਂ ਰੱਬ ਮਿਲਦਾ ਹੈ ਜੀ। ਬਾਬਾ ਜੀ ਕਹੇਗੇ ਵੀ ਜਿਹਨਾਂ ਲਾਲਾਂ ਦੀ ਜਾਣ ਪਛਾਣ ਕਰਨੀ ਪਹਿਲਾਂ ਪੱਥਰਾਂ ਦਾ ਕਾਰੋਬਾਰ ਕਰਦੇ, ਜਿਹਨਾਂ ਲਾਲਾਂ ਦੀ ਜਾਣ ਪਛਾਣ ਕਰਨੀ ਜਾਂ ਲਾਲ ਲੱਭਣੇ ਨੇ ਪਹਿਲਾਂ ਪੱਥਰਾਂ ਦਾ ਕਾਰੋਬਾਰ ਕਰਦੇ, ਜਿਹਨਾਂ ਫੁੱਲਾਂ ਨਾਲ ਝੋਲੀਆਂ ਭਰਨੀਆਂ ਪਹਿਲਾਂ ਕੰਡਿਆਂ ਦੀ ਕਲਮ ਤਿਆਰ ਕਰਦੇ, ਜਿਹਨਾਂ ਮੰਜ਼ਿਲਾਂ ਉੱਤੇ ਪਹੁੰਚਣਾ ਹੈ ਊਠਾਂ ਵਾਲਿਆਂ ਨਾਲ ਕਤਾਰ ਕਰਦੇ, ਤਲਬ ਰੱਬ ਦੀ ਜਿਹਨੂੰ ਸਰਦਾਰ ਸਾਈਆਂ ਉਹਦੇ ਬੰਦਿਆਂ ਨਾਲ ਪਿਆਰ ਕਰਦੇ। ਕਿਉਂਕਿ ਵੀਡੀਓ ਲੰਮੀ ਹੋ ਜਾਣੀ, ਤੁਸੀਂ ਭੁੱਲ ਜਾਂਦੇ ਹੋ। ਆਓ ਜੀ ਅਮਰ ਸਾਹਿਬ ਕਰਿਓ ਸ਼ੁਰੂ। ਮਾਸ਼ਾਅੱਲਾ ਜੀ ਜੀ ਸੂਬੇਦਾਰ ਸਾਹਿਬ ਕਿੰਨਵਾਂ ਸੁਆ ਸੂਈ ਹੈ ਜੀ? ਇਹ ਪਹਿਲਾ ਫਰਾਸ ਸਭ ਅੱਗੇ ਕਰ, ਕਿਦਾਂ ਦੀ ਸੂਈ ਹੈ ਜੀ? ਇਹਨੂੰ ਆ ਗਏ ਅੱਜ ਤੀਸਰਾ ਡੰਗ, ਇਹ ਬੋਲੇ ਤੇ ਵੇ ਸੁਆ ਪਹਿਲਾ ਵੇ ਤੀਸਰਾ ਦਿਨ। ਮਾਸ਼ਾਅੱਲਾ ਜੀ ਬੋਲੇ ਕਿੰਨਾ ਕਿ ਸੂਬੇਦਾਰ ਸਾਹਿਬ ਦੇ ਕੋਲ? ਫਰਾਸ ਸਾਹਿਬ ਉਹ ਛੱਡੋ ਗਾਵਾਂ ਵੇਖਦੀਆਂ ਰਹਿਣ, ਓਏ ਖਲੋਏ ਮੇਰੇ ਪੁੱਤਰ ਦਾ ਬੜਾ ਕਰ ਦੇ, ਮੈਂ ਨਾ ਵੇਖੋ ਨਾ ਮੈਂ ਆਪਣੇ ਪੁੱਤਰ ਦੇ ਮੋਢੇ ਮੋਢੇ ਹਾਂ ਜੀ ਜੀ, ਤੇ ਮੇਰੇ ਪੁੱਤਰ ਦਾ ਬੜਾ ਕਰ ਦੇ, ਮੇਰੇ ਮਾਲਕ ਨੇ ਸਾਨੂੰ ਅਨਿਆਇਤ ਕੀਤੀ ਏ, ਚੰਗੀ ਕਰਦਾ ਵਰ ਮਾਸ਼ਾਅੱਲਾ ਜੀ, ਉਹਦਾ ਟਾ ਉਧਰ ਕਰਕੇ ਦਿਖਾਏ ਫਰਾਸ ਸਾਹਿਬ ਕਿਤੇ ਪਿੱਛੇ ਤੇ ਕਰੋ, ਇਹ ਸਭ ਅਗਲੀ ਵੀਡੀਓ ਲਾ ਇਹਦੇ ਪਿੱਛੋਂ ਖਾਏ ਪਿੱਛੋਂ ਪਰਲੀ ਸਾਈਡ ਤੇ ਟੋਰੇ ਬਾਈ ਜੀ। ਫਰਾਸ ਸਾਹਿਬ ਇਹ ਸ਼ੌਕੀਆ ਤੋਂ ਤੇ ਮੈਂ ਅਗਲੀ ਵੀਡੀਓ ਸੂਹੇਗੀ ਨਾ ਜਦੋਂ, ਟੋਟਲ ਬੱਚੇ ਸਮੇਤ ਫਿਲਹਾਲ ਜਿਹੜਾ ਮੌਜੂਦਾ ਬੋਲਾ ਵੇ 10 ਕਿਲੋ ਵੇ, ਇਹ ਵੀ ਮੋਨੀ ਹੈ ਪਿੰਕ ਨੋਜ਼ ਦੇ ਚਿਹਰਾ ਵੀ ਦੋਸਤਾਂ ਵੇਖਣਾ, ਜਾ ਕੇ ਭਾਈ ਪਿੱਛੇ ਦੇ ਪਿੱਛੇ ਦੇ ਬੱਚਾ ਟੋਰੇ ਭਾਈ ਜਨ ਲੰਮੀ ਟੋਰ ਕੇ ਲੈ ਚੱਲਿਓ। ਮਾਸ਼ਾਅੱਲਾ ਜੀ ਨਸਲ ਦੱਸਣੀ ਹੈ ਜਾਂ ਦੋਸਤਾਂ ਹੀ ਫੈਸਲਾ ਕਰਨਾ? ਆਓ ਜੀ ਸੂਬੇਦਾਰ ਸਾਹਿਬ ਕੀ ਰੇਟ ਹੈ ਜੀ ਵਾਰਡ ਨੰਬਰ 1 ਦਾ? ਅਸਲਾ ਇਹ ਨਸ਼ਾ 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 ਰਾਜ ਸਾਹਿਬ ਜੀ ਸੂਬੇਦਾਰ ਸਾਹਿਬ ਸੋਹਣਾ ਜਿਹਾ ਰੇਟ ਵਾਰਡ ਨੰਬਰ 1 ਦਾ, ਮੇਰੇ ਸੋਹਣੇ ਮਾਲਕ ਦਾ ਹੁਣ ਬੰਦੇ ਲਈਏ ਨਾ ਸਾਰੇ ਸਾਹਮਣੇ, ਉਹਨਾਂ ਆਖਿਆ ਨਾ ਕਿ ਮਜ਼ਾ ਆਇਆ ਸੂਬੇਦਾਰ ਸਾਹਿਬ ਤੇਰੇ ਕੋਲ ਬੈਠ ਦਾ ਤੇ ਵੈੜੀ ਲੈ ਤੁਹਾਡੇ ਕੋਲ ਸਾਹਮਣੇ ਲਈ ਜੀ ਜੀ ਹਾਂਜੀ, ਇਹਦਾ ਮੁੱਲ ਫਰਾਜ ਸਾਹਿਬ ਸਿਰਫ ਔਰ ਸਿਰਫ ਮੇਰੇ ਸੋਹਣੇ ਮਾਲਕ ਦੇ, ਵੇਖੋ ਮੂੰਹ ਕਰ ਲਵੋ ਜੇ ਉਹਦੇ, ਇਹਦਾ 3,15,000 ਰੁਪਈਆ, 3,15,000 ਜੀ ਸ਼ਾਵਾਂ ਦੇ ਮੁੱਲ ਜੇ ਮੁੱਲ ਜੇ ਮੁੱਲ ਜੇ, ਇਹ ਵੀ ਮੈਂ ਦੱਸ ਦਿਆਂ ਆਂਦੇ ਤਾਂ ਉੱਥੋਂ ਮੈਂ ਦੋ ਸਿੰਗਾਂ ਵਾਲੀਆਂ ਕੱਢਣਾ ਵਾਂ, 2,10,000 ਤੇ 15 ਤੇ 1,90 ਤੇ 95 ਆਂਦੇ ਮੈਂ ਕੱਢ ਕੇ ਲਾ ਦੇਣਾ। ਨਹੀਂ ਨਹੀਂ ਬਿਹਤਰ ਹੋ ਗਿਆ ਸੂਬੇਦਾਰ ਸਾਹਿਬ, ਚੀਜ਼ ਦਾ ਮੁੱਲ ਅੱਗੇ ਬਾਈ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 2 ਤੇ ਆ ਗਈ ਗੱਬਣ ਕਿ ਸੂਈ ਹੈ ਉਹ ਰਾ ਗਾਈਆਂ ਵੇਖੀ ਜਾਣ ਗਿਆ, ਇਹ ਬੰਦਾ ਜਿਉਂ ਦਾ ਜੰਮਿਆ, ਇਹ ਇਹਦਾ ਘਰ ਹੈ ਅਨਵਰ ਦਾ, ਇਹ ਪੁੱਤਰ ਹੈ ਇਹ, ਇੱਧਰ ਵੇਖੋ ਇਹਨੇ ਕੱਖ ਚੁੱਕ ਕੇ ਨਾ ਇਹ ਇੱਥੇ ਨਹੀਂ ਰੱਖਿਆ, ਮੇਰੀਆਂ ਵਹਿੜੀਆਂ ਮੋਨੀਆਂ ਵੇਖ ਕੇ ਤਾਂ ਉਹਨੇ ਆਖਿਆ ਮੈਨੂੰ ਆਪਣਾ ਸ਼ਗਿਰਦ ਬਣਾ ਲਾ, ਮੈਂ ਬਸ ਚਾਚਾ ਤੇਰੇ ਨਾਲ ਹੀ ਰਹਿਣਾ ਚਾਹੁੰਦਾ। ਜਿੱਦਣ ਗੱਲ ਹੋਰ ਵੀ ਭਰਾ ਸਾਹਿਬ, ਜਿੱਦਣ ਇਹ ਚਾਚੇ ਨੇ ਵੱਡੀ ਵਹਿੜ ਲਈ ਸੀ ਨਾ ਫਾਰਮ ਚੋਂ, ਜਿਹੜੀ ਵੱਡੀ ਵਹਿੜ ਵਿਖਾਈ ਸਭ ਤੋਂ ਵੱਡੀ, ਚਾਚੇ ਨੂੰ ਮੈਂ ਆਖਿਆ ਚਾਚਾ ਯਾਰ ਏਡੀ ਵੱਡੀ ਵਹਿੜ ਕੀ ਕਰਨੀ, ਇੰਨੀਆਂ ਦੇ 4-5 ਹੋਰ ਆ ਜਾਣੀ ਇੱਕ ਦਿਨ ਨਾਲ, ਇਹਨੇ ਆਖਿਆ ਨਹੀਂ ਮੈਨੂੰ ਇੰਨਾ ਕੁ ਚੜ ਗਿਆ, ਮੈਨੂੰ ਕਦੇ ਤੋੜਾ ਰੁਪਈਏ ਦਾ ਹੋਰ ਮੰਗਵਾਉਣਾ ਪੈ ਗਿਆ, ਇੰਨੀ ਸਾੜੀਆਂ ਕਰਨੀ, ਨਸ਼ਾ ਚੜ ਗਿਆ, ਨਸ਼ਾ ਚੜ ਗਿਆ। ਅੱਛਾ ਸਿਗਰਟ ਤੋਂ ਬਗੈਰ ਨਹੀਂ ਚੜਦਾ, ਸਿਗਰਟ ਦਾ ਦਿਆ ਹੁੰਦਾ ਉਹਦੇ? ਨਹੀਂ ਨਹੀਂ ਨਹੀਂ, ਇਹ ਬੈੜਾ ਸਿਗਰਟ ਤੋਂ ਬਗੈਰ ਹੀ ਨਸ਼ਾ ਹੋ ਗਿਆ। ਸਾਰੀ ਜ਼ਿੰਦਗੀ ਕੱਖ ਚੋ ਕਿਉਂ ਕੀਤਾ? ਨਹੀਂ ਕੀਤਾ, ਥੱਲੇ ਮਾਰੋ ਪੈਰਾਂ ਨਾਲ ਸੁਭਾ ਦਾ, ਕਦੀ ਗਾਈਆਂ ਨੂੰ ਪਾਣੀ ਡਾ ਤੇ ਕਦੀ ਨਵਾਲ ਤੇ ਕਦੀ ਦੁਆਲੇ ਤੇ ਕਦੀ ਬੇਰੇ ਦੁਆਲੇ, ਸ਼ੌਕ ਨਾਲ ਮੇਰੇ ਦੁਆਲੇ ਵੀ ਹੁੰਦਾ ਚਾਚਾ, ਪੱਠੇ ਲਿਆ ਹੋਰ ਮੰਗਵਾ, ਪੱਠੇ ਇੰਜ ਕਰ ਇੰਜ ਕਰ,
ਸੂਬੇਦਾਰ ਸਾਹਿਬ ਬਾਤ ਸੋਹਣਾ ਕਰ ਗਈ ਮਾਸ਼ਾਅੱਲਾ ਜੀ ਪੂਰੀ ਨਫਾਸਤ ਵਿੱਚ ਸੁਬਾਹ ਕਿਨਵਾ ਸੂਬੇਦਾਰ ਸਾਹਿਬ ਦਾ ਸੁਬਾਹ ਕਿਨਵਾ ਜੀ ਦਾ ਬਾਈ ਤੁਸੀਂ ਅੱਗੋਂ ਰੈਡੀ ਰੱਖਣਾ ਸੁਬਾਹ ਪਹਿਲਾਂ ਸੋਹਣਾ ਬਾਈ ਖਿਲਾ ਰਹੇ ਹੋ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ ਦਿਨ ਕਿੰਨੇ ਕੁ ਲੈ ਰਹੀ ਹੈ ਸੂਬੇਦਾਰ ਸਾਹਿਬ ਹੈ ਦਿਨ ਫਰਾਜ਼ ਸਾਹਿਬ ਹੈ ਦੋ ਤਿੰਨ ਦਿਨ ਦੋ ਤੋਂ ਤਿੰਨ ਦਿਨ ਮਾਸ਼ਾਅੱਲਾ ਜੀ ਟੋਰੇ ਭਾਈ ਜਾਨ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਥਾਣਾ ਦੀ ਵੰਡ ਵੀ ਪਿਆ ਰਹੀ ਹੈ ਜਿਸਮ ਦੋਸਤਾਂ ਵੇਖ ਲੈਣੀ ਹੈ ਨੰਬਰ ਦੋ 'ਤੇ ਚੈੱਕ ਕਰਾਈਏ ਠੀਕ ਹੈ ਭਾਈ ਲੰਮੀ ਟੁਰ ਕੇ ਲੈ ਚੱਲੋ ਜੀ ਆਓ ਜੀ ਸੂਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ ਦੋ ਦਾ ਸੋਨਾ ਰਤੀਆਂ ਚ ਲੋਹਾ ਕਿਲੋਆਂ ਚ ਤੇ ਮਣਾਂ ਚ ਤੇ ਟਨਾਂ ਚ ਠੀਕ ਹੈ ਬਾਈ ਖਿਲਾ ਰਹੇ ਹੋ ਗਏ ਆ ਗਈ ਮਾਸ਼ਾਅੱਲਾ ਜੀ ਨੰਬਰ 3 ਤੇ ਆ ਗਈ ਹੈ ਪ੍ਰਿੰਟ ਵੇਖ ਲੈਣਾ ਬਰੀਕੀ ਚੈੱਕ ਕਰਨੀ ਹੈ ਵੀ ਮੋਨੀ ਹੈ ਬਰੀਕ ਚਿਹਰਾ ਲੰਬਾਈ ਚ ਮਾਸ਼ਾਅੱਲਾ ਜੀ ਸੋਹਣੇ ਥਣ ਲੱਗੇ ਨੇ ਪੂਰੀ ਨਫਾਸਤ ਵਿੱਚ ਵੇਖੋ ਨਾ ਜਾਓ ਕਦੀ ਦੋ ਦਿਨ ਵੀ ਰੋਜ਼ਾ ਨਾ ਖੋਲਾਂ ਤਾਂ ਰੋਜ਼ਾ ਨਾ ਲੱਗੇਗਾ ਠੀਕ ਹੈ ਇੱਧਰ ਵੇਖੋ ਚਿਹਰਾ ਵੇਖੋ ਲੈ ਕੇ ਥਕੇਵਾਂ ਥਕੇਵਾਂ ਇਹਨਾਂ ਥਕੇਵੇ ਲੈਣੇ ਇੰਜ ਚੂ 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 ਕਰਦੇ ਲਾ ਥਕੇਵਾਂ ਜੇ ਨਾਗ ਲੈਦਾ ਅਵੀ ਗੱਬਰ ਨੇ ਸੂਬੇਦਾਰ ਸਾਹਿਬ ਆਂਗੇ ਤੇ ਭੁੱਖ ਲੱਗੀ ਤਾਂ ਆਖੀ ਗੱਬਰ ਨੇ ਫਰਾਜ਼ ਸਾਹਿਬ ਕਿਨਵਾ ਸੁਆ ਸੂਬੇਦਾਰ ਸਾਹਿਬ ਦਾ ਜੀ ਇਹ ਪਹਿਲਾਂ ਫਰਾਜ਼ ਸਾਹਿਬ ਸੁਆ ਪਹਿਲਾਂ ਸੁਣਾ ਮਾਸ਼ਾਅੱਲਾ ਜੀ ਨੰਬਰ 3 ਤੇ ਚੈੱਕ ਕਰਾਨੇ ਆ ਫਿਰ ਹਲਕ ਚੀ ਇਹ ਦਿਨ ਕਿੰਨੇ ਕੁ ਲੈ ਰਹੀ ਸੁਬੇਦਾਰ ਸਾਹਿਬ ਹੈ ਇਹ ਕੋ 3-4 ਦਿਨ 4 ਕੁ ਦਿਨ ਬਾਈ ਪਰਤਾ ਕੇ ਲਿਆ ਤੂੰ ਅੱਜੋਗੇ ਕਰਿਓ ਵੀਡੀਓ ਬਣਾਉਂਦੇ ਆ ਜਰਾ ਮਿਹਰਬਾਨੀ ਕਰਿਆ ਕਰੋ ਜੀ ਜੀ 4 ਕੁ ਦਿਨ ਤਕਰੀਬਨ ਲੈਂਦੀ ਹੈ ਭਾਈ ਬਰੀਕੀ ਚੈੱਕ ਕਰ ਲੈਣੀ ਹੈ ਪ੍ਰਿੰਟ ਜ਼ਬਰਦਸਤ ਹੈ ਪੂਰੀ ਕੁਆਲਿਟੀ ਵਿੱਚ ਮਾਸ਼ਾਅੱਲਾ ਜੀ ਆਓ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 3 ਦਾ ਸੋਨਾ ਜਿਆ ਫਰਾਜ਼ ਸਾਹਿਬ ਇਹਦਾ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਰੇਟ ਤੇ ਪੁੱਤਰ ਨਾਲ ਵੀ ਸਲਾਹ ਮਸ਼ਵਰਾ ਕਰਕੇ 3.5 ਪੈਂਦਾ ਤਾਂ 5 ਘੱਟ ਕਰੋ 3,45,000 ਰੁਪਏ 3,45,000 ਯਾਨੀ ਸੋਹਣੇ ਮੇਰੇ ਮਾਲਕ ਨੇ ਫਰਾਸਾ ਬਣਾਈਆਂ ਨੇ ਅਗਲੇ ਸਵੇ ਡਬਲ ਪੈ ਜਾਂਦੇ ਕੋਨਾ ਤੇ ਐਲਾਨ ਕਰਕੇ ਜ਼ੋਰ ਨਾਲ ਤੇ ਵਾਰ ਪਾ ਗਿਆ ਨਾ ਜੀ ਬਿੱਤਰ ਹੋ ਗਿਆ ਮਾਸ਼ਾਅੱਲਾ ਜੀ 3,45,000 ਜੀ ਬਲਾਲ ਸਾਹਿਬ ਫਰਾਸਾ ਜਿਹੜੇ ਫਾਰਮ ਚ ਲਿਆ 20 ਪਲੱਸ ਮਾਸ਼ਾਅੱਲਾ ਦੋਏ ਵੈਰੀਆਂ ਰਹਿਣਗੇ ਅੱਲਾ ਦੇ ਤੁਮ ਜੀ ਬਿੱਤਰ ਹੋ ਗਿਆ ਕਿ ਭਾਈ ਲਓ ਜੀ ਨੰਬਰ 4 ਵਾਲੀ ਇੱਥੇ ਭਾਈ ਖਿਲਾਰੇ ਫਰਾਸਾ ਕੋ ਘੱਟ ਵੱਧ ਹੋ ਜਾਵੇ ਮਸਰ ਸੂਕ 20 ਤੋਂ ਤੇ ਮੈਨੂੰ ਵੇਖੋ ਨਾ ਇੰਨੇ ਦੁਨੀਆ ਮੇਰੇ ਨਾਲ ਪਿਆਰ ਤੇ ਸ਼ਕਤ ਕਰਦੀ ਹੈ ਉਹ ਮੇਰੇ ਤੇ ਕੋਈ ਨਾ ਗਿਲਾਣਾ ਗੱਲ ਹੈ ਕੋਈ ਹੋ ਵੀ ਘੱਟ ਵੱਧ ਵੀ ਜਾਂਦਾ ਵੀ ਗੱਬਣ ਇਹਦਾ ਹੈ ਤੇ ਨਹੀਂ ਕਿ ਭਾਈ ਯਾਰਾਂ 20 ਗਿਆ ਤੇ ਇਹਨੇ 20 ਦੇਣਾ 15 ਵੀ ਦੇ ਸਕਦੀ 14 ਵੀ ਦੇ ਸਕਦੀ ਹਾਂ ਮਸਰ 22 ਵੀ ਦੇ ਸਕਦੀ ਹੈ 18 ਵੀ ਦੇ ਸਕਦੀ 19 ਵੀ ਮੇਰੇ ਭਰਾ ਦੇ ਸਕਦੀ ਹੈ ਨਾ ਇਹ ਨਾ ਕਿ ਇਹਦੋਂ ਅੱਗੇ ਪਿਆਰ ਕੀ ਹੋ ਸਕਦਾ ਕਿ ਹਫਤੇ ਦੇ ਵਿੱਚ 21,000 ਤੇ ਮੈਂ ਜੂਨ ਦਾ ਵੀਡੀਓ ਬਣਾ ਲਗਾ 2,500 ਤੇ 3,000 ਵੀਡੀਓ ਚੱਲਦੀ ਰਹੀ ਮੇਰੀ ਆਪਣੀ ਮੈਂ ਕਿਸੇ ਦੀ ਨਹੀਂ ਕਹਿਣੀ ਪਾਵਰਫੁਲ ਮੱਝਾਂ ਦੇ ਥਣ ਲੱਗੇ ਨੇ ਪੁੱਠਾ ਵੀ ਦੋਸਤਾਂ ਵੇਖਣਾ ਪ੍ਰਿੰਟ ਜ਼ਬਰਦਸਤ ਹੈ ਵੀ ਮੋਨੀ ਹਾਂਜੀ ਭਾਈ ਸਈਦ ਕੀ ਜਾ ਪਿੱਛੇ ਦੇ ਬੱਚੀ ਜ਼ਰਾ ਸਿੱਧੀ ਕਰੋ ਕਰਮਾਲੀਆਂ ਆ ਵੀ ਦੋਨੇ ਇਹ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ ਨਾੜੂ ਸਾਹਮਣੇ ਨਜ਼ਰ ਆਉਂਦਾ ਪਹਿਲੇ ਆਓ ਭਾਈ ਲੰਮੀ ਟੋਰ ਕੇ ਲੰਮੀ ਟੋਰੇ ਜ਼ਰਾ ਤੁਹਾਨੂੰ ਦੋਸਤਾਂ ਫਿਰ ਚੈੱਕ ਕਰਾ ਦਿੰਦੇ ਆ ਮਾਸ਼ਾਅੱਲਾ ਜੀ ਜੀ ਸੂਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 4 ਦਾ ਇਹ ਮਾਸ਼ਾਅੱਲਾ ਜੀ ਚੈੱਕ ਕਰ ਲਓ ਲਿਆਓ ਭਾਈ ਜਨ ਬੰਨੋ ਜੀ ਜੀ ਸੂਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 4 ਦਾ ਸਾਹਿਬ ਏਡਾ ਸੋਹਣਾ ਹੀ ਰਾਵੇ ਇਹ ਤੇ ਮੇਰੇ ਸੋਹਣੇ ਮਾਲਕ ਦੇ ਕਰਮ ਨਾਲ ਨਾਗ ਲਈਦਾ ਇੱਕ ਹੋਰ ਗੱਲ ਦੱਸਾਂ ਜਿਉਂ ਜਿਉਂ ਗਾਂ
ਜਿਹਨੇ ਨਹੀਂ ਵੀ ਲੈਣੀ ਉਹ ਆਖਿਆ ਮੈਨੂੰ ਚਾਰ ਬਾਈ ਦੇ ਨਾਲ ਬਣ ਦਸ ਵੱਧ ਹੀ ਰਹੇ ਹੋਣਗੇ 3 ਲੱਖ ਤੇ ਬਰਖੋ ਦਾ 40,000 ਰੁਪਈਆ ਤੈਨੂੰ ਮੇਰੇ ਬਰਖੋਦਾਰ ਵੀ ਤੰਗ ਨਾ ਮੇਰੇ ਭਰਾ ਕਹਿੰਦੇ ਮੁੱਲ ਬੜੇ ਖਸ ਕੇ ਲਾ ਜੀ ਬਿਹਤਰ ਹੋ ਗਿਆ ਕਿ ਭਾਈ ਲਓ ਜੀ ਨੰਬਰ 5 ਵਾਲੀ ਬਾਈ ਸਾਹਿਬ ਅੱਗੇ ਕਰੋ ਜ਼ਰਾ ਸ਼ੌਕ ਪੂਰਾ ਕਰੋ ਥੱਕ ਗਿਓ ਕੀ ਹੋ ਗਿਆ ਜਵਾਨ ਨੂੰ ਜੀ ਸੁਬੇਦਾਰ ਸਾਹਿਬ ਪਹਿਲਾਂ ਨੇ ਜੀ ਕਿੱਦਾਂ ਦੀ ਸੂਈ ਹੈ ਇਹਨੂੰ ਫਰਾਜ਼ ਸਾਹਿਬ ਹੋਵੇ ਤਾਂ 7-8 ਦਿਨ 7-8 ਦਿਨ ਹੋ ਗਏ ਨੇ ਸੁਬਾ ਪਹਿਲਾਂ ਸੂਈ ਹੈ ਜੀ ਜੀ ਪੈਰ ਦਬਾ ਕੇ ਟੁਰਦੀ ਵੀ ਕੀ ਵਜ੍ਹਾ ਸੁਬੇਦਾਰ ਸਾਹਿਬ ਫਰਾਜ਼ ਸਾਹਿਬ ਤੁਹਾਨੂੰ ਮੈਂ ਨਾਗਲੇ ਦਾ ਨਾ ਇਹਦਾ ਲਿਬਾਸ ਦਾ ਵੀ ਘਰੌਲਾ ਹੋ ਸਕਦਾ ਜੇ ਤੇ ਹੋਰ ਵੀ ਕੁਛ ਮੈਂ ਨਵੀਆਂ ਹੀ ਲੈ ਕੇ ਆਉਂਦਾ ਜੇ ਮੈਂ ਤੁਹਾਨੂੰ ਨਾਗਲੇ ਦਾ ਆਖਾਂਗੇ ਠੀਕ ਹੈ ਹੈ ਗੱਲ ਤੇ ਹੈ ਨਹੀਂ ਫੁੱਡਾ ਵੀ ਬੈਠਾ ਇੱਕ ਸਾਈਡ ਦਾ ਹਾਂਜੀ ਹਾਂਜੀ ਇੱਧਰ ਕੋਲ ਪਰਤਾਓ ਨੰਬਰ ਆ ਗਈ ਭਾਈ ਤੇ ਮਾਸ਼ਾਅੱਲਾ ਜੀ ਲਿਬਾਸੀ ਦੋਸਤਾਂ ਵੇਖ ਲੈਣਾ ਸੁਬਾ ਪਹਿਲਾਂ ਭਾਈ ਇੱਥੇ ਖਿਲਾ ਲਿਓ ਸਾਰੇ ਪ੍ਰਿੰਟ ਦੋਸਤਾਂ ਚੈੱਕ ਕਰਨਾ ਥਾਣਾ ਦੀ ਵੰਡ ਵੀ ਪਿਆਰੀ ਹੈ ਕਿੱਦਾਂ ਦੀ ਸੂਈ ਹੈ ਸੂਬੇਦਾਰ ਸਾਹਿਬ ਹੈ ਬੱਚੀ ਬਿਮਾਰ ਤੇ ਨਹੀਂ ਸੂਬੇਦਾਰ ਸਾਹਿਬ ਨਹੀਂ ਬੱਚੀ ਬਿਮਾਰ ਫਿਰ ਕੀ ਸਾਈਦ ਨੂੰ ਕੀ ਹੋ ਗਿਆ ਫਿਰ ਬਿਮਾਰ ਦਾ ਕੰਮ ਇਹਦੇ ਕੱਥਾ ਲੈ ਲਾ ਥੱਲੇ ਫਰਾਜ਼ ਸਾਹਿਬ ਕੀ ਆਉਂਦੇ ਨੇ ਪਏ ਲਾ ਜਾ ਥੱਲੇ ਬਹੁਤ ਪੀਂਦੀ ਵੀ ਫਰਾਜ਼ ਸਾਹਿਬ ਛੱਡੋ ਜ਼ਰਾ ਆਹ ਮਾਸ਼ਾਅੱਲਾ ਜੀ ਫਰਾਜ਼ ਸਾਹਿਬ ਜਿਹੜਾ ਗਲਤ ਕੰਮ ਹੋਏ ਉਹ ਤਾਂ ਮੈਂ ਕਰਨਾ ਹੀ ਨਹੀਂ ਇਹ ਤੋਂ ਅੱਗੇ ਮੈਨੂੰ ਇੱਜ਼ਤ ਰੱਬ ਨੇ ਕਿਹੜੀ ਦੇਣੀ ਹੈ ਫਿਰ ਮੈਂ ਗਲਤ ਮਲਤ ਡੰਗਰ ਦੇਵਾਂ ਜੀ ਬਿਹਤਰ ਹੋ ਗਿਆ ਉਹ ਧਾਪਾ ਵੀ ਆਉਂਦੇ ਤਾਂ ਮਾਰ ਲੈਂਦੇ ਹਾਂ ਪਸਮ ਜਾ ਆਏ ਟੋਟਲ ਬਜਟ ਸਮੇਤ ਦੁੱਧ 10 ਕਿਲੋ ਸੁਬਾ ਪਹਿਲਾਂ ਸੂਈ ਮਾਸ਼ਾਅੱਲਾ ਜੀ ਨੰਬਰ 5 ਤੇ ਚੈੱਕ ਕਰਾਈਏ ਪਹਿਲਾਂ ਨੇ ਕਰਮ ਵਾਲੀਆਂ ਆਵੀ ਦੋ ਨੇ ਜੀ ਸੂਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ 5 ਦਾ ਇਹਦਾ ਫਰਾਜ਼ ਸਾਹਿਬ 3,10,000 3,10,000 ਹਾਂਜੀ ਥੋੜਾ ਥੋੜਾ ਜ਼ਰਦੀ 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 ਆਂਡਾ ਪੂਰਾ ਨਹੀਂ ਗਰਮੀ ਹੋਈ ਹੈ ਭਰਾ ਇੰਨਾ ਪਿਆਰ ਕਰਦੇ ਨੇ ਜੇ ਮੈਂ ਆਂਡਾ ਖਾਵਾਂ ਤਾਂ ਮੌਸਮ ਗਰਮੀ ਹੈ ਤਾਂ ਮੈਨੂੰ ਵੀ ਗਰਮੀ ਨਾ ਹੋਈ ਬਿਹਤਰ ਹੋ ਗਿਆ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਆ ਗਈ ਕਿੰਨਵਾਂ ਸੁਆ ਜੀ ਸੁਬੇਦਾਰ ਸਾਹਿਬ ਮਾਸ਼ਾਅੱਲਾ ਮੇਰੇ ਸੋਹਣੇ ਮਾਜ ਪਹਿਲਾ ਫਰਾਜ਼ ਸਾਹਿਬ ਪਹਿਲਾਂ ਗਾਲੇ ਥੱਲ ਲੱਗੇ ਨੇ ਮਾਸ਼ਾਅੱਲਾ ਜੀ ਸ਼ਾਨਦਾਰ ਪਹਿਲਾਂ ਨੇ ਡੱਬੀ ਬਾਈ ਐਸੇ ਨਹੀਂ ਚੱਲੇਗਾ ਹਾਂ ਚਲੋ ਸ਼ੌਕ ਐਂ ਤੇ ਨਹੀਂ ਹੁੰਦਾ ਅੱਗੇ ਜ਼ਰਾ ਜਾ ਜਾਨਵਰ ਦੇ ਮੂੰਹ ਦੇ ਅੱਗੇ ਕਿੱਦਾਂ ਦੀ ਸੂਈ ਹੈ ਸੁਬੇਦਾਰ ਸਾਹਿਬ ਠੀਕ ਹੈ ਕਿੰਨਾ ਕੁ ਬੋਲਾ ਸੁਬੇਦਾਰ ਸਾਹਿਬ ਇਹਦੇ ਕੋਲ ਇਹਦਾ ਬੋਲਾ ਪਹਿਲੀ ਚੁਆਈ ਕੱਢੀ ਹਜੇ ਤਕਰੀਬਨ ਕੋਈ 8 ਕਿਲੋ ਤੇ ਦੂਜੀ ਕੱਢੀ ਹਜੇ ਕੋਈ 4-4.5 ਪਹਿਲੀ ਚੁਆਈ ਚ ਕੋਈ 8 ਕਿਲੋ ਦੂਸਰੀ ਚੁਆਈ ਚ ਕੋਈ 4-4.5 ਕਿਲੋ ਲਿਬਾਸ ਹੁਣੀ ਸੋਹਣਾ ਕੀਤਾ ਕਾਲੇ ਥਾਨ ਲੱਗੇ ਨੇ ਮਾਸ਼ਾਅੱਲਾ ਜੀ ਪਹਿਲਾਂ ਨੇ ਨੰਬਰ 6 ਤੇ ਚੈੱਕ ਕਰਾਨੇ ਆਪੇ ਜਾ ਕੀ ਸੁਬੇਦਾਰ ਸਾਹਿਬ ਪਿੱਛੇ ਦੇ ਪਿੱਛੇ ਦੇ ਬੱਚਾ ਟੋਰੇ ਭਾਈ ਜਾਨ ਇਹ ਵੀ ਮੋਨੀ ਹੈ ਲੰਮੀ ਟੋਰ ਕੇ ਲੈ ਚਲੋ ਜੀ ਪਿੱਛੇ ਦੇ ਬੱਚਾ ਬਾਈ ਲੰਮੀ ਟੋਰੇ ਜ਼ਰਾ ਨੰਬਰ 6 ਤੇ ਚੈੱਕ ਕਰਾਈਏ ਪਹਿਲਾਂ ਬੈਠ ਮੈਂ ਝੂਠ ਰੋਦੇ ਜੀ ਮਾਰ ਮਾਰ ਕੇ ਆਪਾਂ ਪੰਡਾ ਦੁੱਧਾਂ ਦੀਆਂ ਬੰਨਾ 20 ਕਿਲੋ ਤੇ 25 ਕਿਲੋ ਜਿਹੜੀ ਵੈੜੀ ਸੱਜਰੀ ਸੂਏ ਨਾ ਜੀ ਜੀ ਉਹ 2-3 ਦਿਨ ਆਸਾ ਆਸਾ ਦੋਤੇ ਹੁੰਦੀ ਜੇ ਜੀ ਬਿਹਤਰ ਹੋ ਗਿਆ ਕੀ ਰੇਟ ਹੈ ਜੀ ਸੁਬੇਦਾਰ ਸਾਹਿਬ ਦਾ ਬੈਠ ਨੰਬਰ 6 ਹੁੰਦੀ ਹੈ ਨਾ ਵੀ ਤੁਹਾਡੇ ਧੂੜ ਪੈਂਦੀ ਹੈ ਨਾ ਕੋਈ ਇਸ਼ੂ ਨਹੀਂ ਧੂੜ ਕੰਮ ਮਿਲ ਤੋਂ ਨਹੀਂ ਨਾ ਇਹ ਗਾਈਆਂ ਵਾਸਤੇ ਮੈਂ ਜੇ ਇੱਟਾਂ ਮੈਂ ਲਵਾਹਣਾ ਇੱਟਾਂ ਤਾਂ ਨਹੀਂ ਲਵਾਉਂਦਾ ਜੀ ਕੀ ਰੇਟ ਹੈ ਸੁਬੇਦਾਰ ਸਾਹਿਬ ਸੋਹਣਾ ਜਿਆਦਾ ਸਾਹਿਬ ਇਹਦਾ ਸਿਰਫ ਔਰ ਸਿਰਫ ਮੇਰੇ ਸੋਹਣੇ ਮਾਲਕ ਦੇ ਘਰ ਨੂੰ 3,60,000 3,60,000 ਅੱਗੇ ਬਈ ਲਓ ਜੀ ਨੰਬਰ 7 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 7 ਤੇ ਆ ਗਈ ਹੈ ਜਿੰਨੀ ਵੇਖ ਆਰਾਮ ਨਾਲ ਜਿੰਨੀ ਆਪੀ ਉਹਨਾਂ ਹੀ ਲਿਬਾਸ ਪਰ ਕਰ ਹਾਂ ਜਰਾ ਸੋਹਣੇ ਇਹ ਵੀ ਮੋਨੀ ਮਾਸ਼ਾਅੱਲਾ ਜੀ ਮੋਨੀਆਂ ਫਰਾਜ਼ ਸਾਹਿਬ ਮੋਨੀਆਂ ਕਿੰਨਵਾ ਸੁਬਾ ਸੁਬੇਦਾਰ ਸਾਹਿਬ ਦਾ ਇਹਦਾ ਤੀਸਰਾ ਸੁਬਾ ਫਰਾਜ਼ ਸਾਹਿਬ ਸੁਬਾ ਤੀਸਰਾ ਨੰਬਰ 7 ਤੇ ਚੈੱਕ ਕਰਾਨੇ ਆ ਲਿਬਾਸ ਮਾਸ਼ਾਅੱਲਾ ਜੀ ਦੋਸਤਾਂ ਵੇਖਣਾ ਭਾਈ ਇੱਥੇ ਲੰਮੀ ਕਰਿਓ ਜਰਾ ਫਰਾਜ਼ ਸਾਹਿਬ
ਇੰਨੀਆਂ ਸੋਹਣੀਆਂ ਮੋਨੀਆਂ, ਪਸੀਨਾ ਵੀ ਮੈਨੂੰ ਆ ਗਿਆ ਇੰਨੀਆਂ। ਐਕਸੀਲੈਂਟ ਕਈ ਦੋਸਤਾਂ ਨੂੰ ਸਮਝ ਨਹੀਂ, ਪਤਾ ਨਹੀਂ ਕੀ ਇੰਗਲਿਸ਼ 'ਚ ਗਿਆ ਕੀ, ਜ਼ਿਆਦਾ ਦੋਸਤ ਪੰਜਾਬੀ ਨੇ ਨਾ ਤਾਂ ਵਾਸਤੇ। ਵੈਰੀ ਗੁੱਡ ਹੀ ਕਹਿ ਦਿਓ, ਉਹ ਵੀ ਨਹੀਂ ਸਮਝ ਆਉਂਦੀ ਕਈਆਂ ਨੂੰ। ਅੱਛਾ ਸ਼ਾਬਾਸ਼, ਹਾਂ ਸ਼ਾਬਾਸ਼ ਦੀ ਸਮਝ ਆਈ ਦੀ ਦੋਸਤ। ਵੈਰੀ ਚੋਡੀ ਕਹਿੜ ਹੋ ਗਿਆ, ਆਹ ਕੋਈ ਨਾ ਕਹੋ, ਪ੍ਰੋਗਰਾਮ ਤੋਂ ਵੜ ਗਿਆ ਉਹ ਕਹਿੜੀ, ਪ੍ਰੋਗਰਾਮ ਤੋਂ ਕੁਛ ਕਹਿੜੋ ਮੇਰੇ ਭਰਾ ਨੂੰ ਜੋ ਮਿਲਦੇ ਨਾ ਅਦਰ ਚਾਚਾ, ਤੇਰੀ ਵੀਡੀਓ ਦਾ ਇੰਤਜ਼ਾਰ ਕਰਦੇ ਆ ਤੇ ਯਾਰ ਕੋਈ ਸ਼ੁਗਲ ਨਹੀਂ ਹੋਇਆ, ਕੁਛ ਵੀ ਨਹੀਂ ਹੋਇਆ। ਖਿਲਾਰ ਭਾਈ ਜਾਨ, ਕਿਦਾਂ ਦੀ ਸੂਈ ਹੈ ਸੂਬੇਦਾਰ ਸਾਹਿਬ? ਇਹ ਵੀ ਖਾਲੀ ਸੂਈ ਜੀ, ਜਾ ਕੀ ਪਿੱਛੇ ਤੇ ਇਹ ਪਿੱਛੇ ਤੇ ਬੱਚਾ ਮਾਸ਼ਾਅੱਲਾ ਜੀ, ਕੱਲ ਦੀ ਸੂਈ ਹੈ ਬੋਲੇ ਤੇ ਵੇ, ਸੁਬਾਹ ਤੀਸਰਾ ਵੇ ਥੱਲੇ ਪੂਰਾ ਮਦਾਨ ਲਾਇਆ, ਕਾਲੇ ਥੱਲ ਲੱਗੇ ਮਾਸ਼ਾਅੱਲਾ ਜੀ, ਕਿੰਨਾ ਕੁ ਬੋਲਿਆ ਸੂਬੇਦਾਰ ਸਾਹਿਬ? ਦੇਖੋ ਫਿਰ ਦੇਖੋ ਜਾ ਕਿੱਥੇ ਵੇ, ਕੋਈ ਥੱਲੇ ਨਹੀਂ ਲਾਇਆ, ਕੋਈ ਨਹੀਂ ਲਾਇਆ, ਪਾਵਰ ਆਏ ਥਾਣ ਵੇਖੋ ਫਰਾਜ ਸਾਹਿਬ, ਠੀਕ ਹੈ ਜੀ ਜੀ, ਕਿੰਨਾ ਕੁ ਬੋਲਿਆ? ਦੇਖੋ ਬੋਲਾ ਦੇ ਗਿਆਰਾਂ ਕਿਲੋ। ਅੱਛਾ ਤੇ ਦੂਜੀ ਜੁਆਈ, ਪਹਿਲੀ ਚੁਆਈ ਚ 11 ਕਿਲੋ, ਦੂਸਰੀ ਚੁਆਈ ਚ ਕੋਈ 6 ਕਿਲੋ, ਥੱਲੇ ਵੀ ਪੂਰਾ ਮਦਾਨ ਲਾਇਆ, ਸੁਬਾਹ ਤੀਸਰਾ ਸੂਈ ਹੈ, ਨੰਬਰ 7 ਚੱਕ ਰਹੀ ਮਾਸ਼ਾਅੱਲਾ ਜੀ, ਜਿਸਾਮਤ ਪਿਆਰੀ ਹੈ ਬਿਲਕੁਲ ਜੀ, ਅੱਗੇ ਤੇ ਪਿੱਛੇ ਦੋਵਾਂ ਸਾਈਡਾਂ ਤੇ ਲਿਬਾਸ, ਕੀ ਰੇਟ ਹੈ ਜੀ ਸੁਬੇਦਾਰ ਸਾਹਿਬ? ਗਾਂ ਨੰਬਰ 7 ਅਗਾ ਪਿਛਾ ਕੀ ਹੁੰਦਾ, ਮੈਂ ਕਿਹਾ ਪਿਛਾ ਵੀ ਲਿਬਾਸ ਨਿਕਲਿਆ ਹੋਵੇ ਇੱਧਰ ਕੌਣ, ਮੈਂ ਦੱਸਾਂ ਇਹ ਅਗਲੀ ਸਾਈਡ ਤੇ ਵੀ ਅੱਗੋ ਵੇਖੋ, ਠੀਕ ਹੈ ਅਗਲੀ ਸਾਈਡ ਤੇ ਲਿਬਾਸ ਹੋਵੇ ਜੀ, ਪਿਛਾ ਕੀ ਰੇਟ ਹੈ ਸੁਬੇਦਾਰ ਸਾਹਿਬ ਦਾ ਗਾਂ ਨੰਬਰ 7 ਇਹਦਾ? ਫਰਾਜ ਸਾਹਿਬ ਜਿੰਨ ਜੀ ਮੈਨੂੰ ਸੋਹਣੇ ਮਾਲਕ ਦੇ ਕੰਮ ਲੱਭੀ ਉਹ ਚੋਂ ਜੀ ਲਾਣਾ, ਇਹਦਾ 2,60,000 ਰੁਪਈਆ, 2,60,000 ਜੀ, ਬਿਹਤਰੀਨ ਹੋ ਗਿਆ। ਇਹਦਾ ਤੀਜਾ ਸੂਆ ਵੇ ਤਾਂ 2,60, ਇਹ ਜਦੋਂ ਜਿਹੜੀਆਂ ਨੇ ਨਾ ਪਹਿਲਣਾ, ਅਗਲੇ ਸੂਏ ਹੋਰ ਤੇ ਹੋਰ ਤੇ ਹੋਰ ਤੇ ਹੋਰ, ਮੇਰੇ ਸੋਹਣਾ ਮਾਲਕ ਨੇ ਜਰਾ ਇਸ ਦਾ ਸ਼ਾਨਾ ਬਣਾ ਦੇਣਾ। ਅੱਗੇ ਭਾਈ ਲਿਆਓ ਜੀ ਨੰਬਰ 8 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 8 ਤੇ ਆ ਗਈ, ਹੁਸਨ ਵੇਖਣਿਆ ਕੁਆਲਿਟੀ ਚੈੱਕ ਕਰਨੀ ਹੈ ਭਾਈ, ਹਲਕਾ ਜਿਹਾ ਟੋਰ ਕੇ ਲਿਆਓ, ਕਿੰਨਵਾਂ ਸੁਆ ਸੂਈ ਹੈ ਸੁਬੇਦਾਰ ਸਾਹਿਬ? ਹਾਂਜੀ ਸੁਬਾਹ ਕਿੰਨਵਾਂ ਸੂਈ ਹੈ? ਸੁਬਾਹ ਇਹ ਵੀ ਭਾਜੀ ਪਹਿਲਾ ਪਹਿਲਨ ਮਾਸ਼ਾਅੱਲਾ ਜੀ, ਪਹਿਲਾ ਸ਼ਾਨਦਾਰ ਪਹਿਲਨ, ਖਿਲਾ ਰਹੇ ਹੋ ਜੀ ਪੂਰੀ ਨਫਾਸਤ ਵਿੱਚ, ਚਿਹਰਾ ਵੀ ਦੋਸਤਾਂ ਵੇਖ ਲੈਣਾ, ਇਹ ਵੀ ਮੋਨੀ ਹੈ, ਜਾ ਕੇ ਭਾਈ ਸਹੀ ਪਿੱਛੇ, ਇਹ ਪਿੱਛੇ ਤੇ ਬੱਚੀ ਨਾੜੂ ਸਾਹਮਣੇ ਨਜ਼ਰ ਆਉਂਦਾ ਪਿਆ, ਕਿੱਦਾਂ ਦੀ ਸੂਈ ਹੈ ਸੁਬੇਦਾਰ ਸਾਹਿਬ? ਇਹ ਵੀ ਇਹਨੇ ਵੀ ਕੋਈ ਚੁਆਈ ਕੀਤੀ, ਇੱਕ ਹੀ ਚੁਆਈ, ਪਹਿਲੀ ਚੁਆਈ 'ਚ ਕਿੰਨੀ ਬੋਲੀ ਕੱਢੀ ਹੈ ਜੀ? ਪਹਿਲੀ ਚੁਆਈ 'ਚ ਕੋਈ 11 ਕਿਲੋ, 10 ਕਿਲੋ ਲਾਓ ਜੀ, ਠੀਕ ਹੈ ਪਹਿਲੀ ਚੁਆਈ 'ਚ ਇੱਕ ਹੀ ਚੁਆਈ ਹੋਈ, ਬਾਈ ਟੋਰ ਕੇ ਲੈ ਚਲੋ ਜੀ ਨੰਬਰ 8 ਤੇ, ਪਹਿਲੀ ਬੋਲੀ ਜ਼ਿਆਦਾ ਹੁੰਦੀ ਹੈ, ਠੀਕ ਹੈ ਲੰਮੀ ਟੋਰ ਕੇ ਵਿਖਾਓ, ਮੈਨੂੰ ਨਸ਼ਾ ਤੇ ਕਰਾ ਡੱਬ ਵਾਲਾ ਲਿਬਾਸ, ਮਾਸ਼ਾਅੱਲਾ ਪਹਿਲਾਂ ਹੋ ਕੇ ਥਾਣਵੀ ਦੋਸਤਾਂ ਵੇਖ ਲੈਣੇ ਨੇ, ਲਿਬਾਸ ਵੀ ਸੋਹਣਾ ਕੀਤਾ ਵੇ, ਪਿੱਛੇ ਦੇ ਬੱਚਾ ਵੇ, ਇੱਕ ਦੀ ਚੁਆਈ ਹੋਈ ਹੈ, ਬੱਚੀ ਸੋਰੀ ਕਰਮ ਵਾਲੀਆਂ ਦੋ ਹੀ ਨੇ, ਤੁਸੀਂ ਵੀ ਖੜੇ ਕਰੀਓ, ਖੜੇ ਮੂੰਹ ਛੂ ਖਾਓ, ਕੰਨ ਛੋਟੇ, ਇਹ ਵੀ ਮੋਨੀ ਬੋਦੀ ਵੀ ਦੋਸਤਾਂ ਵੇਖ ਲੈਣੀ ਹੈ, ਠੀਕ ਹੈ ਭਾਈ ਜੀ ਸੁਬੇਦਾਰ ਸਾਹਿਬ, ਕੀ ਰੇਟ ਹੈ ਜੀ ਵੈਡ ਨੰਬਰ 8 ਦਾ? ਫਰਾਜ਼ ਸਾਹਿਬ ਲੈ ਇਹਦਾ ਵੀ ਮੇਰੇ ਸੋਹਣੇ ਮਾਲ ਦੇ 3,65,000, 3,65,000 ਜੀ ਜੀ ਜੀ, ਬਿਹਤਰ ਹੋ ਗਿਆ ਜੀ, ਅੱਗੇ ਭਾਈ ਲਿਆਓ ਜੀ ਨੰਬਰ 9 ਵਾਲੀ, ਨੰਬਰ 8 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,65,000, ਬਹੁਤ ਗਿਆ ਲੈਣ ਨਾਲ ਢੱਗੀਆਂ ਮੱਗੀਆਂ ਲੈਣ ਨਾਲ, ਇਹੋ ਜੀ ਸੋਹਣੀ ਨਾਲੇ ਤਾਂ ਦਿਲ ਕਰੇ ਵੇਖ ਕੇ ਖੁਸ਼ ਹੁੰਦਾ ਵੇਖ ਕੇ, ਤੇ ਨਾਲੇ ਅਗਾਂਹ ਜੂ ਜੂ ਗਾਂਹ ਜਾਂਦਾ ਰੇਟ ਵੀ ਵਧੀ ਜਾਂਦਾ ਜੀ, ਬਿਹਤਰੀਨ ਹੋ ਗਿਆ, ਅੱਗੇ ਭਾਈ ਲਿਆਓ ਜੀ ਨੰਬਰ 9 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਆ ਗਈ, ਇਹ ਨਹੀਂ ਸਵਾਲ ਕੀਤਾ ਜਦੋਂ ਮੈਂ ਮੋਨੀਆਂ ਚੱਲ ਲੰਘੇ ਕਿ ਮੋਨੀਆਂ ਕੋਈ ਸ਼ੁਰੂ ਕਰਦੇ ਦੂਸਰੇ ਕੋਈ ਛੱਡ ਛੱਡ ਗਿਆ, ਡਿਮਾਂਡ ਵੱਧ ਗਈ ਹੋਣੀ, ਦੋਸਤ ਪਸੰਦ ਕਰਦੇ ਨੇ ਚੰਗੀ ਚੀਜ਼, ਦੋਸਤ ਬਹੁਤਾ ਪਸੰਦ ਕਰਦੇ, ਨਹੀਂ ਨਹੀਂ ਹੱਕ ਗੱਲ, ਮੇਰਾ ਬਾਪ ਵੀ ਅੱਗੇ ਹੋਏ ਨਾ ਤੁਹਾਨੂੰ ਮੈਂ ਕਰਨਾ ਉਹਦੇ ਮੂੰਹ ਤੇ ਕਰਨਾ ਵਾ, ਤੁਸੀਂ ਦਿਹਾੜੀ 'ਚ ਲੱਗ ਪਿਓ ਚਾਰ ਚਾੜਨ ਜੀ ਜੀ, ਤੇ ਚਾੜਨ ਲੱਗ ਪਿਓ ਉਹ ਹੀ, ਤੇ ਮੇਰੇ ਉਸਤਾਦ ਕਿਹਾ ਸੀ ਜੋ ਸਾਰੇ ਰੰਗ ਇੱਕ ਜਿਹਾ ਸੀ ਉਹ ਜਦੋਂ ਰੰਗ ਬਦਲ ਜਾਓ, ਜ਼ਿੰਦਾਬਾਦ, ਇਹ ਮੇਰੇ ਉਸਤਾਦ ਨੇ ਐਕਸੀਲੈਂਟ, ਉਹਨੇ ਅੱਗੇ ਹੈ ਕਿਹਾ ਦੇਖੋ ਤੁਸੀਂ ਵੀ ਗੁੱਸਾ ਨਹੀਂ ਕੀਤਾ ਦਿਹਾੜੀ ਦੀ, ਕਦੀ ਮੈਂ ਤੁਹਾਨੂੰ ਵੇਦ ਨਹੀਂ ਆਖਿਆ ਚਾਰ ਉੱਤੋਂ ਚਾੜ ਜਾਂਦੇ, ਮੈਂ ਨਾ ਮੇਰੀ ਵੀਡੀਓ ਦੇ ਅੱਗੇ ਪਿੱਛੇ ਜਮ੍ਹਾਂ ਕਰਕੇ ਰੱਖਿਆ ਕਰੋ ਤੇ 5-5, 6-6 ਚਾੜੋ,
ਜ਼ਿੰਦਾਬਾਦ ਮੇਰੀ ਜੇ ਵੀਡੀਓ ਨਿਕਲ ਕੇ ਤਾਂ ਨਾ ਮੇਰੇ ਸੋਹਣਾ ਮਾਲਕ ਲੈ ਕੇ ਆਇਆ ਜ਼ਬਰਦਸਤ ਤਾਂ ਮੈਂ ਕਿਹਾ ਤੂੰ ਕਿੱਥੇ ਸੂਬੇਦਾਰੀ ਕਰਦਾ ਰਿਹਾ ਸੂਬੇਦਾਰ ਸਾਹਿਬ ਇਹ ਯਦਾਲ ਲਾ ਨੂੰ ਤੁਹਾਡੀ ਪਸੰਦ ਹੈ ਜੀ ਜੀ ਵੇਖੋ ਨਾ ਕਿ ਇਹ ਬਾਜ਼ਾਰ 'ਚ ਵੜ ਜਾਓ ਜੁੱਤੀਆਂ ਦੀ ਦੁਕਾਨਾਂ ਹੋ ਸਕਦਾ ਸੌ ਹੋਣ ਜੀ ਜੀ ਸੁਨਿਆਰੇ ਬੈਠੇ ਨੇ 20 ਬੈਠੇ ਨੇ 30 ਬੈਠੇ ਨੇ ਜੀ ਜੀ ਹਰ ਇੱਕ ਨੂੰ ਅੱਲਾਹ ਜ਼ਾਤ ਰਿਜ਼ਕ ਦਿੰਦੀ ਹੈ ਕੁਛ ਦੋਸਤ ਨੇ ਉਹ ਕਹਿੰਦੇ ਨੇ ਕਿ ਸਾਡੀ ਵੀਡੀਓ ਲੱਗੇ ਕਿਸੇ ਹੋਰ ਦੀ ਲੱਗੀ ਨਾ ਕਾਲੂ ਨਹੀਂ ਕਾਲੂ ਜੀ ਜੀ ਕਾਲੂ ਕਾਲੂ ਵੇਖੋ ਨਾ ਮੈਂ ਆਪ ਖੁਦ ਦੱਸਣਾ ਜੀ ਜੀ ਉਹ ਮੇਰੇ ਅੱਗੇ ਅੱਗੇ ਗਾਂ ਕਰਦਾ ਹੁੰਦਾ ਯੋ ਜਿਹੜੀ ਮੈਂ ਉਦੋਂ ਲੈਂਦਾ ਦੂਜੀਆਂ ਠੀਕ ਹੈ ਅੱਗੇ ਅੱਗੇ ਸੂਬੇਦਾਰ ਲੈ ਲੈ ਆਈਦਾ ਮੈਨੂੰ 5 ਨਫਰ ਦੇ ਦੱਸਦਾ ਮੈਂ ਕਿਹਾ ਯਾਰ ਤੇਰੀ ਮੈਨੂੰ ਇੱਕ ਦੋ ਦਾਜ ਪਸੰਦ ਆਈਏ ਉਹ ਕਾਲੂ ਸੋਹਣਾ ਫਿਰ ਸਾਡਾ ਵੀ ਹੁਕਮ ਹੋਏ ਵੀਡੀਓ ਚਾੜਨੀ ਸ਼ੁਰੂ ਕਰਦੇ ਜਿਸ ਤਰ੍ਹਾਂ ਤੂੰ ਮਿਹਨਤੀ ਆਦਮੀ ਹੈ ਨਾ ਮੇਰਾ ਸੋਹਣਾ ਮਾਲਕ ਤੇਰੀਆਂ ਇੱਜ਼ਤਾਂ ਤੇ ਸ਼ਾਨਾਂ ਵਧਾ ਦੇਗਾ ਅੱਜ ਵੀਡੀਓ ਦੇ ਵਿੱਚ ਬੇਈਮਾਨੀ ਤੇ ਦੋ ਨੰਬਰੀ ਨਾ ਕਰੀ ਜ਼ਿੰਦਾਬਾਦ ਉਹ ਐਕਲ ਚੰਦਰੀਏ ਅਕੀ ਹੋਏ ਮੁੰਡੇ ਨਾਲ ਮਲਕ ਰਹਿਮਾਨ ਮਲਕ ਰਹਿਮਾਨ ਉਹਨਾਂ ਨੂੰ ਮੈਂ ਕਿਹਾ ਵੀਡੀਓ ਚਾੜੋ ਏ ਅਕੀ ਤੁਹਾਂ ਜੁੱਤੀਆਂ ਲੈ ਲਦੀਆਂ ਪਾਈਆਂ ਨੇ ਕਮ ਅਸ ਕਮ ਤੁਹਾਡੀਆਂ ਜੁੱਤੀਆਂ ਦੂਸਰੀਆਂ ਹੋ ਜਾਣਗੀਆਂ ਠੀਕ ਹੈ ਉਹਨਾਂ ਨੂੰ ਮੈਂ ਕਿਹਾ ਜੀ ਜੀ ਬਿਹਤਰ ਕਿ ਜੇ ਮੈਂ ਆਖਾਂ ਨਹੀਂ ਅੱਲਾ ਨੂੰ ਕਹਾ ਯਾ ਮੇਰਿਆ ਮਾਲਕਾ ਮੈਨੂੰ ਕੱਲੇ ਨੂੰ ਦੇ ਅੱਲਾ ਕਹਿ ਗਾ ਦੂਜਿਆਂ ਦਾ ਮੂੰਹਾਂ ਤੇ ਛਿੱਕੀਆਂ ਚਾੜ ਚੜਾ ਮੈਨੂੰ ਮੇਰੇ ਇੱਕ ਬੰਦੇ ਨੇ ਸਵਾਲ ਕੀਤਾ ਤੇ 2-3 ਗੱਡੀਆਂ ਲੱਗੀਆਂ ਇੱਥੇ ਇਹ ਜਿਹੜੀਆਂ ਡੰਗਰ ਖੜਦੀਆਂ ਨੇ ਇੱਕ ਬੰਦੇ ਕਹਾ ਸੂਬੇਦਾਰ ਸਾਹਿਬ ਤੁਸੀਂ ਸ਼ਿਦਾਈ ਹੋ ਬੜੀ ਮਜ਼ੇ ਵਾਲੀ ਗੱਲ ਜੇ ਠੀਕ ਹੈ ਮੈਂ ਕਿਹਾ ਕਿਉਂ ਸ਼ਿਦਾਈ ਆ ਜੀ ਉਹਨੇ ਕਿਹਾ ਆਪਣੀਆਂ ਗੱਡੀਆਂ ਰੱਖੋ ਹੋਇਆ 2-2, 3-3 ਲੱਖ ਰੁਪਈਆ ਬਣਾਉਂਦੇ ਨੇ ਮਹੀਨੇ ਦਾ ਤੇ ਮੈਂ ਕਿਹਾ ਇੱਕ ਕੰਮ ਨਹੀਂ ਕਰਦਾ ਤੂੰ ਮੈਂ ਕਿਹਾ ਕੀ ਬੜਾ ਭੈੜਾ ਪਿਆ ਮੈਂ ਕਿਹਾ ਇੱਥੇ ਚੌਕ ਨੇੜੇ ਉੱਥੇ ਲੋਹੇ ਦੀਆਂ ਨੇ ਛਿੱਕੀਆਂ ਬਣਵਾ ਲਿਆ ਇਹਨਾਂ ਦੋਵਾਂ ਵਾਸਤੇ ਗੱਡੀਆਂ ਤਿੰਨ ਆਇਆ ਤੇ ਇਹਨਾਂ ਦੇ ਮੈਂ ਮੂੰਹਾਂ ਨੂੰ ਚਾੜ ਜਿਹੜਾ ਮੈਂ ਹੀ ਖਾਵਾਂ ਹੋਰ ਕੋਈ ਨਾ ਖਾਏ ਅੱਲਾ ਦੇਦਾ ਉਹ ਦਿੰਦਾ ਉਦੋਂ ਜਦੋਂ ਰਲ ਕੇ ਖਾਈਏ ਉਦੋਂ ਮੇਰਾ ਮਾਲਕ ਦਿੰਦਾ ਜਦੋਂ ਇਕੱਲਿਆਂ ਖਾਈਏ ਰੱਬ ਦਿੰਦਾ ਨਹੀਂ ਜੇ ਤਾਂ ਯਾਰ ਉਦੋਂ ਮਾਲਕ ਨਹੀਂ ਉਹ ਦਿੰਦਾ ਉਦੋਂ ਆਉਂਦਾ ਤੂੰ ਇਕੱਲਾ ਖਾਣਾ ਚਾਹੁੰਦਾ ਉਦੋਂ ਆਉਂਦਾ ਚੱਲ ਤਈਏ ਸਾਹਿਬ ਤੁਸੀਂ ਰਲ ਮਿਲ ਕੇ ਖਾਓ ਤੂੰ ਰਾਹ ਦੇ ਵਿੱਚ ਤਈਏ ਸਾਹਿਬ ਠੋਡੀ ਲੱਗਦੇ ਜਾਣ ਕੇ ਤੁਰਿਆ ਨਹੀਂ ਜਾਏਗਾ ਤੇ ਜਿਹੜੇ ਰਾੜ ਕੇ ਖਾਣ ਕੇ ਨਾ ਅੱਜ ਜਾਣ ਕੇ ਸ਼ੇਰਾਂ ਤਰ੍ਹਾਂ ਆਓ ਜੀ ਸੂਬੇਦਾਰ ਸਾਹਿਬ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 9 ਤੇ ਗੱਬਣੇ ਜੀ ਹਾਂਜੀ ਤੋਰੋ ਜੀ ਵਾਰ ਤੋਂ ਵਿੱਚ ਤੇ ਹਾਂ ਗੱਲ ਕਰ ਲਈ ਵਿੱਚ ਹੀ ਵਾਰ ਬੋਦੀ ਵਿਖਾਉਣ ਦੀ ਲੋੜ ਵੀ ਕੋਈ ਨਹੀਂ ਲਿਆਓ ਜੀ ਮਾਸ਼ਾਅੱਲਾ ਜੀ ਨੰਬਰ 9 ਤੇ ਆ ਗਈ ਇਹ ਚਿਹਰਾ ਦੋਸਤਾਂ ਵੇਖ ਰਹੇ ਕੈਮਰੇ 'ਚ ਸੂਬੇਦਾਰ ਸਾਹਿਬ ਬੜੀ ਸੋਹਣੀ ਲੱਗਦੀ ਹੈ ਦਿਨ ਕਿੰਨੇ ਕੁ ਲੈ ਰਹੀ ਹੈ ਹਾਂਜੀ ਦਿਨ ਇਹ ਵੀ ਕੋਈ 5-6 ਲੱਗਦੀ ਹੈ 5-6 ਦਿਨ ਕੀ ਰੇਟ ਹੈ ਸੂਬੇਦਾਰ ਸਾਹਿਬ ਦਾ ਇਹਦਾ ਸਿਰਫ ਔਰ ਸਿਰਫ 2 ਲੱਖ ਤੇ ਗੁੱਸਾ ਹੁਣ ਚੜ ਗਿਆ ਜੇ 35,000 ਰੁਪਏ 235 ਹਾਂਜੀ ਜ਼ਿੰਦਾਬਾਦ ਕਿਆ 40 ਸੀ ਹਾਂਜੀ ਠੀਕ ਹੈ ਕਿ ਭਾਈ ਲਓ ਜੀ ਨੰਬਰ 10 ਸਾਡੀ ਗੱਲ ਫਸ ਕਿਤੇ ਟੁੱਟ ਗਿਆ ਐਕਸੀਲੈਂਟ ਅਗੇ ਬਾਰ-ਬਾਰ ਤੇ ਫਿਰ ਐਕਸੀਲੈਂਟ ਇਹ ਨਾ ਪਤਾ ਲੱਗੇ ਵੀਡੀਓ ਬਣਾਉਣਾ ਅਨਪਾੜੇ ਜੀ ਵੈਰੀ ਗੁੱਡ ਗੁੱਡ ਨਹੀਂ ਮਰਜਾ ਐਕਸੀਲੈਂਟ ਜਦੋਂ ਵੀ ਕਹਣਾ ਅੱਗੇ ਦਿੱਤਾ ਨਾ ਐਕਸੀਲੈਂਟ ਚੰਗਾ ਕੰਮ ਕਰਾ ਤੇ ਐਕਸੀਲੈਂਟ ਭੈੜਾ ਕਰਾ ਤੇ ਕੀ ਵੈਰੀ ਬੈਡ ਮੈਂ ਜੋ ਮਰਜ਼ੀ ਕਹਿ ਦੇਣਾ ਫਿਰ ਮੈਨੂੰ ਵੈਰੀ ਬੈਡ ਦਾ ਮਤਲਬ ਹੁੰਦਾ ਭਾਜੀ ਬਹੁ ਇੱਕ ਮਿੰਟ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 10 ਤੇ ਆ ਗਈ ਹੈ ਇੱਧਰ ਅਦਰ ਭਾਈ ਲਿਆਓ ਜੀ ਉਧਰ ਕੀ ਧੁੱਪੇ ਜੀ ਸੁਬੇਦਾਰ ਸਾਹਿਬ ਸੁਆ ਪਹਿਲਾਂ ਸੂਈ ਹੈ ਜੇ ਮੇਰੀਆਂ ਵੈੜੀਆਂ 'ਚ ਸਵਾਦ ਨਹੀਂ ਆਉਂਦਾ ਬੁਲਬੁਲਾਂ ਦੇ ਬੱਚੇ ਨਹੀਂ ਤਾਂ ਦੱਸੋ ਸੁਆ ਪਹਿਲਾਂ ਸੂਈ ਹੈ ਜੀ 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 ਪਹਿਲੀ ਨਾ ਫਰਾਜ਼ ਸਭ ਦੂਸਰਾ ਮੈਂ ਕਿਦਾਂ ਦੀ ਸੂਈ ਹੈ ਹਾਂਜੀ ਇਹਨੂੰ ਅੱਜ ਤੀਸਰਾ ਦਿਨ ਜੀ ਬਾਈਕ ਲੈ ਲਓ ਜਾ ਕੀ ਪਿੱਛੇ ਦੇ ਅੱਛਾ ਇਹ ਪਿੱਛੇ ਦੇ ਬੱਚਾ ਨਾੜੂ ਸਾਹਮਣੇ ਨਜ਼ਰ ਆਉਂਦਾ ਵਿਚਾਰਾ ਵੀ ਦੋਸਤਾਂ ਵੇਖ ਲੈਣਾ ਹਲਗਾ ਜਿਹਾ ਟੁਰ ਕੇ ਲਿਆਓ ਜੀ ਕਿੰਨਾ ਕੁ ਬੋਲਾ ਸੁਬੇਦਾਰ ਸਾਹਿਬ ਦੇ ਕੋਲ ਫਰਾਜ਼ ਸਾਹਿਬ ਇਹਦੇ ਕੋਲ 13-14 ਕਿਲੋ ਬੋਲਾ ਬਾਈ ਲੈ ਉੱਪਰ ਤਾਂ ਆ ਕੇ 13 ਕਿਲੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਚਿਹਰਾ ਵੀ ਦੋਸਤਾਂ ਵੇਖ ਲੈਣਾ ਪਿੱਛੇ ਦੇ ਬੱਚਾ ਵੇ ਸੁਬਾ ਪਹਿਲਾ ਵੇ ਦਿਨ 3 ਹੋ ਗਏ ਨੇ ਮਾਸ਼ਾਅੱਲਾ ਜੀ ਉਹ ਬੱਚੇ ਉੱਤੇ ਪੈਰ ਰੱਖ ਕੋਈ ਇਸ਼ੂ ਨਹੀਂ ਫਰਾਜ਼ਾ ਦਾ ਮੱਥਾ ਵਿਖਾਓ ਜਰਾ ਆ ਮਾਸ਼ਾਅੱਲਾ ਚਿਹਰਾ ਵੀ ਦੋਸਤਾਂ ਵੇਖ ਰਹੇ ਤੋਰੋ ਜੀ ਅਮਰ ਸਾਹਿਬ ਜੀ ਲੈ ਚਲੋ ਲੰਮੀ ਟੁਰ ਗਏ ਥਾਣ ਵੀ ਦੋਸਤਾਂ ਵੇਖਣੇ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈਟ ਨੰਬਰ ਦੱਸ ਦਾ ਫਰਾਜ਼ ਸਾਹਿਬ ਇਹਦਾ ਵੀ ਨਾ ਜੂਜੂ ਗਾਂ ਜਾਂਦੇ ਨੇ ਭਈਆਂ ਪਹਾੜ ਤੇ ਚੜਨਾ ਔਖਾ ਕੰਮ ਹੁੰਦਾ ਜਾਂਦਾ ਜੇ ਪਿਆ ਹੁਣ ਇਹਦਾ ਵੀ 3,70,000 ਰੁਪਈਆ 3,70,000 ਜੀ 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 ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 11 ਵਾਲੀ ਨੰਬਰ 10 ਤੇ ਚੈੱਕ ਕਰਾਈਏ ਕੀਮਤ ਡਿਮਾਂਡ 370
ਅੱਗੇ ਮਾਸ਼ਾਅੱਲਾ ਜੀ ਨੰਬਰ 11 ਤੇ ਆ ਗਈ ਭਾਈ ਸਾਹਿਬ ਦਾ ਥੱਲੇ ਮੇ ਕਰਿਓ ਜ਼ਰਾ ਕਿਨਵਾ ਸਵਾ ਜੀ ਸੁਬੇਦਾਰ ਸਾਹਿਬ ਦਾ ਮੱਛੀ ਤੇ ਬਖਾੜ ਮੱਛੀ ਭਾ ਯਾਰ ਪਿੱਛੇ ਬ੍ਰਾਂਡ ਸੈਕਸੀ ਮੰਦੀ ਮੱਛੀ ਮਾਸ਼ਾਅੱਲਾ ਜੀ ਚਿਹਰਾ ਦੋਸਤਾਂ ਵੇਖਣਾ ਮੱਛੀ ਦਾ ਛੋਟਾ ਕੰਨ ਮੱਛੀ ਕੰਨ ਛੋਟੇ ਛੋਟੇ ਜਿੱਦਾਂ ਮੱਛੀ ਚੁੱਕ ਕੇ ਛਾਤੀ ਨਾਲ ਲਾ ਕੇ ਮੈਂ ਉਧਰ ਮੈਂ ਕਹਾਂਗਾ ਪੂਰਾ ਬੈਠ ਦਾ ਭਾਈ ਚਿਹਰਾ ਸਾਹਮਣੇ ਕਰਿਓ ਜੀ ਇੱਧਰ ਖਾਣਾ ਠੀਕ ਹੈ ਕਿਨਵਾ ਸਵਾ ਜੀ ਸੁਬੇਦਾਰ ਸਾਹਿਬ ਦਾ ਸੋਹਣੇ ਮਾਲਕ ਦੇ ਕਰਨਾ ਵੇਖੋ ਸੁਬਾ ਕਿਨਵਾ ਜੀ ਦਾ ਅਸੀਂ ਚਾਚਾ ਬਣੀ ਸੋਹਣੇ ਲੱਗਨੇ ਆ ਕਿ ਨਹੀਂ ਤੁਸੀਂ ਉਂਝ ਸੋਹਣੇ ਹੋ ਹੁਣ ਕਿ ਮੱਛੀ ਦੀ ਵਜ੍ਹਾ ਸੋਹਣੇ ਲੱਗਦੇ ਹੁਣ ਵੇਖੋ ਮੱਛੀ ਦੀ ਵਜ੍ਹਾ ਤੂੰ ਹੁਣ ਏ ਇੱਧਰ ਵੇਖੋ ਤਈਆ ਆ ਤਈਆ ਹੁਣ ਪਸੀਨਾ ਸਾਫ ਕੀਤਾ ਈ ਪਹਿਲੀ ਚੁਆਈ ਚ ਕਿੰਨੀ ਬੋਲੀ ਕੱਢੀ ਹੈ ਜੀ ਇਹਦੀ ਪਹਿਲੀ ਚੁਆਈ ਚ ਕੋਈ 13-14 ਕਿਲੋ ਦੁੱਧ ਵਾਲੀਆਂ ਨਹਿਰਾਂ ਲਾ ਚਲੇ ਭਾਈ ਥਾਣਵੀ ਸੋਹਣੇ ਪਾਵਰਫੁਲ ਮੁੱਠੀ ਲੱਗੇ ਨੇ ਰਵੇਲ ਕਾਫੀ ਹੈ ਸੁਬਾ ਦੂਸਰਾ ਵੇ ਇੱਕ ਇਹਦੀ ਚੁਆਈ ਹੋਈ ਹੈ ਨੰਬਰ 11 ਤੇ ਚੈੱਕ ਕਰਾਈਏ ਕਰਮ ਵਾਲੀਆਂ ਆ ਵੀ ਦੋ ਨੇ ਪਿੱਛੇ ਸੈਕਸ ਜਿਮਨ ਦੀ ਬੱਚੀ ਹੈ ਤੇ ਥਾਣਵੀ ਦੋਸਤਾਂ ਵੇਖ ਲੈਣੇ ਮਾਸ਼ਾਅੱਲਾ ਜੀ ਸੋਹਣੇ ਪਾਵਰਫੁਲ ਥਾਣੇ ਜੀ ਕੀ ਰੇਟ ਹੈ ਜੀ ਸੁਬੇਦਾਰ ਸਾਹਿਬ ਬੈਠ ਨੰਬਰ 11 ਸਾਹਿਬ ਇਹਦਾ 3,75,000 ਰੁਪਈਆ 3,75,000 ਚੌਕ ਕਿਉਂ ਇੰਜ ਕਰਾਨਾ ਮੇਰੇ ਹੋਰ ਭਰਾਵਾਂ ਨੂੰ ਸ਼ੌਕ ਉੱਠਣ ਵੀਡੀਓ ਬਣਾਉਣ ਦੇ ਠੀਕ ਹੈ ਹੋਰ ਵੀ ਉੱਠਣ ਉਹ ਸੋਹਣੇ ਮੇਰੇ ਭਰਾ ਮੇਰੇ ਇਹਨਾਂ ਨੂੰ ਵੇਖ ਰਹੇ ਵੀਡੀਓ ਬਣਾਉਣ ਉਹਨਾਂ ਨੂੰ ਨਸ਼ਾ ਹੋਵੇ ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 12 ਲਈ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 12 ਤੇ ਆ ਗਈ ਹੈ ਪੂਰੀ ਮਾਸ਼ਾਅੱਲਾ ਜੀ ਸ਼ਾਨਦਾਰ ਚੀਜ਼ ਦੇ ਜਾਨਵਰ ਜਿੰਨੇ ਵੀ ਭਾਈ ਖਿਲਾ ਰਹੇ ਹੋ ਜੀ ਕਿਨਵਾ ਸੁਆ ਜੀ ਸੁਬੇਦਾਰ ਸਾਹਿਬ ਦਾ ਦੂਸਰਾ ਕਿੱਦਾਂ ਦੀ ਸੂਈ ਹੈ ਜੀ ਰਾਜ ਸਾਹਿਬ ਇਹਨੂੰ ਅੱਜ ਦੂਸਰਾ ਹੀ ਦੇਣ ਜੀ ਦੂਸਰਾ ਦੇਣੇ ਬੋਲੇ ਤੇ ਵੇ ਨੰਬਰ 12 ਤੇ ਚੈੱਕ ਕਰਾਨੇ ਆ ਪਏ ਸੁਆ ਵੀ ਦੂਸਰਾ ਹੈ ਬੋਲਾ ਕਿੰਨਾ ਕੇ ਸੁਬੇਦਾਰ ਸਾਹਿਬ ਦੇ ਕੋਲ ਰਾਜ ਸਾਹਿਬ ਇਹਦੇ ਕੋ ਬੋਲਾ ਜਿਹੜਾ ਨਾ ਇਸ ਟਾਈਮ ਜਿਹੜਾ ਚੋਇਆ ਪਈ ਪਹਿਲੀ ਚੁਆਈ ਤੇ ਦੂਜੀ ਪਹਿਲੀ ਚੁਆਈ ਜਿਹੜਾ ਚੋਇਆ ਹਜੇ ਕੋਈ 15 ਕਿਲੋ ਥੱਲੇ ਬਹਿ ਨਹੀਂ ਸਕਦੀ ਤੇ ਦੂਸਰੀ ਚੁਆਈ ਚ ਚਿੜੀ ਦੇ ਕੰਨ ਹੁੰਦੇ ਨੇ ਚਿੜੀ ਜਿੱਡੀ ਚਿੜੀ ਹੁੰਦੀ ਹੈ ਅੱਛਾ ਮੈਂ ਉਹ ਗੱਲ ਦੱਸਾਂਗਾ ਜਿਹੜੀ ਕੇ ਪਹਿਲਾਂ ਨਾ ਸੁਣੀ ਹੋਏਗੀ ਜਿਹੜੀਆਂ ਸਾਰੀਆਂ ਅਖਬਾਰ ਸਿੱਧੀ ਤੇ ਸਾਰੇ ਪੜ੍ਹ ਲੈਂਦੇ ਨੇ ਪੁੱਠੀ ਪੜ ਕੇ ਕੋ ਵਿਖਾਇਆ ਨਹੀਂ ਚਿੜੀ ਜਿੱਡੇ ਕੰਨ ਕੇ ਜੀ ਚਿੜੀ ਦੇ ਕੰਨ ਜਿੱਡੇ ਕੰਨ ਕੇ ਜੀ ਚਿੜੀ ਜਿੱਡੇ ਚਿੜੀ ਜਿੰਦੇ ਕੰਨ ਜਿੱਡੀਆਂ ਨਹੀਂ ਹੁੰਦੀਆਂ ਜਦੋਂ ਕੋ ਫੇਰਦੀ ਮੈਂ ਤੁਹਾਨੂੰ ਵਿਖਾਉਂਦਾ ਓਡੇ ਕੰਨ ਨਹੀਂ ਕੇ ਨਿਕੇ 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 ਠੀਕ ਹੈ ਬਿਹਤਰ ਹੋ ਗਿਆ ਜੀ ਅੱਖ ਤੇ ਬੋਤੀ ਜਸਾਮਤ ਵੱਡੀ ਕੰਨ ਛੋਟੇ ਵੇਖੋ ਰੀਮਾ ਸੁਆ ਦੂਸਰਾ ਜਿਵੇਂ ਰੀਮਾ ਦੀ ਵਾਲ ਕੱਟੇ ਹੁੰਦੇ ਤੇ ਐਂ ਛੱਡੇ ਥੱਲੇ ਇਹ ਵੇਖੋ ਰੀਮਾ ਤਲਾ ਥੱਲੇ ਬੋਤੀ ਵੀ ਠੀਕ ਹੈ ਪਿੱਛੇ ਬੱਚਾ ਟੋਰ ਹੈ ਭਾਈ ਜਾਨ ਲੰਮੀ ਟੋਰ ਕੀ ਹੈ ਜਨਾਬ ਕਿਹੜੀ ਗੱਲ ਆਪਾਂ ਕਰਾਂਗੇ ਜਨਾਬ ਕੋਈ ਦੁਸ਼ਮਣੀ ਨਹੀਂ ਹੋਈ ਸਾਡੇ ਸਾਡੇ ਨਾਲ ਅੱਗੇ ਸਹੀ ਲੈ ਕੇ ਚੈੱਕ ਕਰਾ ਬੱਚੀ ਹੋਏ ਤੇ ਇਹਨੂੰ ਭੰਗੜਾ ਪਾਣਾ ਚਾਹੀਦਾ ਅੱਜ ਭੰਗੜਾ ਹੀ ਨਹੀਂ ਪੰਦਾ ਪਿਆ ਭਾਜੀ ਨਹੀਂ ਭੰਗੜਾ ਵਾਲੀ ਵੈੜੀ ਤੇ ਆਉਣ ਦਿਓ ਆਏਗੀ ਵੀਡੀਓ ਦੀ ਵੈੜੀ ਠੀਕ ਹੈ ਬੱਚੀ ਲੈ ਚਲੋ ਭਾਈ ਜਾਨ ਮਾਸ਼ਾਅੱਲਾ ਜੀ ਨੰਬਰ 12 ਚੈੱਕ ਕਰਾਈਏ ਭਾਈ ਅਮਰ ਟੋਰੋ ਜੀ ਆਓ ਜੀ ਸੁਬੇਦਾਰ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 12 ਦਾ ਨਹੀਂ ਤੋੜ ਕੇ ਵਿਖਾਈ ਦੀ ਹੈਗਾ ਪਿਛਲ ਬਾਸ ਇਹਦਾ ਫਰਾਜ਼ ਸਾਹਿਬ ਇਹਦਾ ਸਿਰਫ ਮੁੱਲ ਤੇ ਇਹਦਾ ਬਣਦਾ 5.5 ਲੱਖ ਹੀ ਠੀਕ ਹੈ ਮੇਰੇ ਨਾਲ ਭਰਾ ਪਿਆਰ ਬੜਾ ਕਰਦੇ ਨੇ ਉਸ ਪਿਆਰ ਨੂੰ ਵੇਖ ਕੇ 4,25,000 4.25 ਲੱਖ ਹਾਂਜੀ ਜੀ ਬਿਹਤਰ ਹੋ ਗਿਆ ਅੱਗੇ ਭਾਈ ਲਿਆਓ ਜੀ ਨੰਬਰ 13 ਲਈ ਆਪਣਾ ਗਿਆ ਅੱਗੇ ਧੂੜ ਪੈਂਦੀ ਆਪਣਾ ਅੱਗੋ ਸ਼ੀਸ਼ੇ ਸਾਫ਼ ਕਰ ਲਓ ਜੇ ਹੁਣ ਵਹਿੜੀ ਆਉਣ ਲੱਗੀ ਜੀ ਸ਼ੀਸ਼ੇ ਸਾਫ਼ ਹੀ ਨੇ ਸੁਬੇਦਾਰ ਸਾਹਿਬ ਖੈਰ ਮੈਂ ਕਰ ਇੱਕ ਮਿੰਟ ਕਰ ਮੈਂ ਕੁੱਤੇ ਕਰ ਨਹੀਂ ਨਹੀਂ ਸਾਫ਼ ਹੀ ਐਸੇ ਦਿੰਦੇ ਹੋ ਇੰਨਾ ਰਿਜ਼ਲਟ ਸਹੀ ਆ ਰਿਹਾ ਇੱਕ ਮਿੰਟ ਰੁਕ ਬੜਾ ਗਾ ਤਈਆ ਓਏ ਹੁਣ ਵਾ ਵਹਿੜੀ ਫੜਾ ਜੀ ਲਾ ਦੇ ਕਮਰਾ ਆਪੀ ਬੜ ਵਹਿੜੀ ਕਿਸ ਤਰ੍ਹਾਂ ਆਹ ਫਿਰ ਟੁਰ ਗਿਆ ਜ਼ਰਾ
ਤੇ ਦੋ ਦਿਨ ਜੇ ਮੂੰਹ ਆ ਚੈੱਕ ਕਰ ਲਓ ਇਹ ਆ ਵੀ ਦੋਂਦੀ ਮਾਸ਼ਾਅੱਲਾ ਜੀ ਐਡੇ ਕਦ ਦੀਆਂ ਦੋ ਕਦੀ ਬੈਠ ਜੀ ਇੱਥੇ ਮਾਰਾ ਕਰੋ ਸਾਫ ਜ਼ਰਾ ਇੱਕ ਮਿੰਟ ਇੱਕ ਬਈ ਟ੍ਰੇਨ ਨਹੀਂ ਹਰ ਜਵਾਨ ਦੀ ਪੂਰਾ ਕਰ ਮੇਰੇ ਨਾਲ ਉਹ ਮੇਰੇ ਘਰ ਡਰਦੀ ਵੀ ਕਹਿੰਦੀ ਨਹੀਂ ਡਰਦੀ ਡਰਨਾ ਕੀ ਸੋਚ ਸਾਹਿਬ ਤੋਂ ਰਾਜ ਸਾਹਿਬ ਵੇਖੋ ਜ਼ਬਾਨੀ ਗਲਾਮੀ ਦੋਂਦੀ ਮਾਸ਼ਾਅੱਲਾ ਜੀ ਜ਼ਬਾਨੀ ਗਲਾਮੀ ਤਾਂ ਨਹੀਂ A1 ਦੋਂਦੀ ਮਾਸ਼ਾਅੱਲਾ ਜੀ ਦੋਂਦੀ ਲੱਗਣ ਡਈ ਲਾ ਬਾਈ ਲਮੀ ਟੋ ਮਾਸ਼ਾਅੱਲਾ ਜਦੋਂ ਫਾਰਮ ਚੋਂ ਨਿਕਲੇ ਹਾਂ ਟੁਰਿਆ ਮੈਨੂੰ ਟੋਰ ਬਾਈ ਮੈਂ ਮਾਸ਼ਾਅੱਲਾ ਟੁਰੇ ਹਾਂ ਜਨਾਬ ਛਾਤੀ ਕਾੜੀ ਹਾਂ ਕਿਹੜੇ ਕਿਸੇ ਦੇ ਰੁਪਏ ਦੇਣੇ ਹਾਂ ਛਾਤੀ ਕਿਤੇ ਕੱਢੀ ਹੋਏ ਤੇ ਕੱਢੇ ਨਾ ਅੱਜ ਡੱਬੀ ਮਾਸ਼ਾਅੱਲਾ ਜੀ ਸ਼ੋ ਪੀਸ ਹੈ ਸੁਬੇਦਾਰ ਸਾਹਿਬ ਹੈ ਵੀ ਮੋਨੀ ਬਰੀਕ ਪਛਮੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਹੈ ਵੀ ਦੋ ਦਿਨ ਰੱਸੇ ਨਹੀਂ ਫਾਰਮ ਚ ਪਾਉਂਦੇ ਅੱਛਾ ਇੱਥੇ ਰੱਸੇ ਪਾਈਏ ਤੇ ਆ ਕੇ ਵੇਖਦੀਆਂ ਨੇ ਕਿ ਇਹ ਚਾਚਾ ਸੁਬੇਦਾਰ ਸ਼ਿਦਾਈ ਕਿੱਥੋਂ ਮੱਥੇ ਲੱਗ ਗਿਆ ਜਿਹੜਾ ਸਾਡੀਆਂ ਚੁੰਮੀਆਂ ਲੈਂਦਾ ਉੱਤਾਂ ਪਰੇਸ਼ਾਨ ਹੋ ਜਾਂਦੀਆਂ ਕਿੱਦਾਂ ਦੀ ਸੋਈ ਹੈ ਇੱਦਣ ਦੀ ਬਲਾਲ ਕਹਿ ਰਿਹਾ ਕਿ ਰੋਜ਼ਾ ਕਿਤੇ ਰੋਜ਼ਾ ਖਰਾਬ ਨਾ ਹੋਈਏ ਨਹੀਂ ਰੋਜ਼ਾ ਰੋਜ਼ਾ ਚੁੰਮੀ ਲੈਣਾ ਮੁੱਕ ਜਾਣਾ ਉਹੀ ਕਹਿ ਰਿਹਾ ਉਹਨੂੰ ਪੁੱਛੋ ਰੋਜ਼ਾ ਮੈਂ ਮਾਲ ਫੜਿਆ ਵੀ ਰੋਜ਼ਾ ਮੈਂ ਇੱਕ ਨਹੀਂ ਛੱਡਿਆ ਉਹ ਚੁੰਮੀ ਲੈਣਾ ਤੁਸੀਂ ਪੜ੍ਹੇ ਲਿਖੇ ਬੰਦੇ ਉਹ ਮੁੱਕ ਜਾਂਦਾ ਦੱਸੋ ਬਲਾਲ ਸਾਹਿਬ ਬੋਲੋ ਵੀਡੀਓ ਦੀ ਆਵਾਜ਼ ਦੱਸ ਠੀਕ ਟੋਰੇ ਅਮਰ ਸਾਹਿਬ ਜਾ ਕੀ ਪਿੱਛੇ ਦੇ ਬੱਚਾ ਮਾਸ਼ਾਅੱਲਾ ਹੁਣ ਮੇਰੇ ਮੂੰਹ ਚੋਂ ਪਾਣੀ ਜਾਂਦਾ ਪਿਆ ਤੇ ਤੁਸੀਂ ਆਦੇ ਰੋਜ਼ਾ ਖਰਾਬ ਹੋ ਜਾਂਦਾ ਮੈਂ ਹੁਣ ਦੀਨ ਵਿੱਚ ਆ ਕੇ ਫਸ ਗਿਆ ਨਾ ਵਰਨਾ ਇਹਨੂੰ ਅੱਜ ਮੈਂ 7 ਚੁੰਮੀਆਂ ਲਾੜੀਆਂ ਕਿੱਥੋਂ ਲੈ ਆਈ ਇੰਜ ਤੇ ਨਹੀਂ ਟੁੱਟਦਾ ਠੀਕ ਇੰਜ ਵੀ ਟੁੱਟਦਾ ਬਲਾਲ ਹੀ ਦੱਸ ਸਕਦਾ ਟੋਰਿਓ ਅਮਰ ਸਾਹਿਬ ਜਾ ਕੇ ਟੋਰਿਓ ਮਾਸ਼ਾਅੱਲਾ ਟਾਈਮ ਸ਼ਾਰਟ ਹੈ ਸੁਬੇਦਾਰ ਸਾਹਿਬ ਰੋਜ਼ਾ ਵੀ ਖੋਲਿਆ ਜ਼ਰਾ ਟੋਰ ਪੁੱਤਰਾ ਤੇਰੀ 2000 ਹੀ ਚੱਲਦੀ ਸੀ ਤੇ 1500 ਚੱਲਦੀ ਸੀ 21000 ਕਿਉਂ ਤੋਂ ਵੱਧ ਚੱਲ ਗਈ ਏ ਐ ਹੀ ਚਾਚੇ ਨਾਲ ਪਿਆਰ ਹੀ ਬੰਦਿਆਂ ਨਾਲ ਸਾਹਿਬ ਇੱਧਰ ਕਦੀ ਵੈੜੀ ਤਾਂ ਮੂੰਹ ਵਿੱਚ ਵਿਖਾਓ ਬਰੀਕ ਪਛਮ ਪ੍ਰਿੰਟ ਜ਼ਬਰਦਸਤ ਹੈ ਵੀ ਦੋ ਦੰਦ ਕਿੱਦਾਂ ਦੀ ਸੂਈ ਹੈ ਸੁਬੇਦਾਰ ਸਾਹਿਬ ਸਾਰੀ ਜ਼ਿੰਦਗੀ ਦੁਆਵਾਂ ਰੱਬ ਕੋਲ ਮੰਗਦਾ ਰਹਾ ਮੈਨੂੰ ਖੁੱਲੀ ਹਵੇਲੀ ਚ ਨਾ ਬੋਲਾ ਕਿੰਨਾ ਕਿਹਦੇ ਕੋਲ ਬੋਲਾ ਫਰਾਜ਼ ਸਾਹਿਬ ਇਹਦੇ ਕੋਲ 13-14 ਕਿਲੋ ਜੇ ਠੀਕ ਹੈ ਸੂਈ ਹੈ ਸੱਜਰੀ ਹੈ ਨਾ ਫਰਾਜ਼ ਸਾਹਿਬ ਹਾਂਜੀ ਲੈ ਚਲੋ ਸਹੀ ਗਿਆ ਹਲੇ ਕੱਲ ਦੀ ਸੂਈ ਹੈ ਨਹੀਂ ਹੁੰਦਾ ਬਲਾਲ ਸਾਹਿਬ ਸੂਈ ਕਿਤੇ ਟਾਈਮ ਨਾ ਉੱਠੋ ਤੇ ਤੁਹਾਨੂੰ ਪਤਾ ਲੱਗੇ ਨਾ 20 ਕਿਲੋ ਹੈ ਕਿ ਕਿੰਨਾ ਪੂਰਾ 20 ਕਿਲੋ ਜੀ ਸੁਬੇਦਾਰ ਸਾਹਿਬ ਬਲਾਲ ਸਾਹਿਬ ਝੂਠ ਨਹੀਂ ਬਾਲਣਾ ਉਂਝ ਚੌਥੇ ਦਿਨ ਨੂੰ ਮੇਰੇ ਕੋਲ ਵੈੜੀ ਹੋਏ ਤਾਂ ਮੇਰੇ ਕੋਲ 22-23 ਕਿਲੋ ਚੋ ਕੇ ਖੜੇ ਮੇਰਾ ਸੋਹਣੇ ਮਾਲ ਤੇ ਕਰਨ ਜੀ ਬਿਹਤਰੀਨ ਹੋ ਗਿਆ ਕੀ ਰੇਟ ਹੈ ਸੁਬੇਦਾਰ ਸਾਹਿਬ ਦਾ ਰੇਟ ਤਾਂ ਮੂੰਹ ਬਣਾ ਕੇ ਰੇਟ ਲਾਓ ਜੀ ਲਾਓ ਅੱਗੇ ਬੋਦੀ ਵੀ ਸੋਹਣੇ ਮਾਲ ਤੇ ਦੇਖੋ ਦੇਖੋ ਪੁੱਤਰ ਮੱਥੇ ਦੇ ਵੇਖੋ ਮਾਸ਼ਾਅੱਲਾ ਜੀ ਫਰਾਜ਼ ਸਾਹਿਬ ਮੁੱਲ ਤੇ ਬੇਕੀਮਤੀ ਸੋਹਣਾ ਜਿਹਾ ਰੇਟ ਹੋਈ ਇਹਦਾ ਵੀ ਬੇਕੀਮਤੀ ਏ ਤੇ ਮੈਂ ਵੀ ਠਰਕਣਾ ਲਈਦਾ ਜਿਹਨੇ ਮੇਰੇ ਕੋਲ ਖੜੀ ਉਹ ਵੀ ਦਿਲ ਵਾਲਾ ਇਹਨੂੰ ਲਵੇਗਾ ਜਿਹਦੇ ਅੰਦਰ ਦਿਲ ਨਹੀਂ ਨਾ ਜਿਹਨੇ ਆਖਣਾ ਮੈਂ ਦੁੱਧ ਪੀਣ ਵਾਸਤੇ ਲੈਣੀ ਹੈ ਤੇ ਉਹ ਉਹਨੂੰ ਇੰਨੇ ਦੁੱਧ ਵਾਲੀ ਸ਼ਾਇਦ ਕੋਈ 2.5 ਲੱਖ ਦੀ ਵੀ ਲੱਭ ਜੇ ਸੋਹਣੇ ਮਾਲਕ ਦੇ ਕਰਮ ਨਾਲ ਸਿਰਫ ਔਰ ਸਿਰਫ 6 ਲੱਖ ਛੇ ਲੱਖ ਹਾਂਜੀ ਨੰਬਰ ਇੱਕ ਮੇਰਾ ਇਹ ਵੀ ਐਲਾਨ ਜੇ ਦੂਜੇ ਸਵੇ ਇਹੋ ਹੀ ਵੈੜੀ ਮੈਂ 10 ਲੱਖ ਦੀ ਦੂਸਰੇ ਸਵੇ ਨਾ ਲਵਾਂ ਆਪਣੇ ਰਿਕਾਰਡ ਆਉਣ ਦੀ ਰਿਕਾਰਡ ਕਹਿੰਦਾ ਜਾ ਵੀ ਲਾ ਲੇ ਸੂਆ ਵੀ ਲਾ ਲੇ 10 ਲੱਖ ਦੀ ਮੈਂ ਖਰੀਦਾ ਜੀ ਬਿਹਤਰ ਹੋ ਗਿਆ ਬਿਆਨਾ ਵੀ ਕਰ ਛੱਡੋ ਉਹਦੇ ਬਿਆਨਾ ਵੀ ਕਰ ਸਕਦਾ ਜਿੱਦਣ ਲੈ ਕੇ ਜਾਏਗਾ ਮੇਰੇ ਕੋਲ ਬਿਆਨਾ ਵੀ ਕੋਈ ਰੱਖ ਲੇ 10000 ਰੁਪਇਆ ਬਿਆਨਾ ਵੀ ਰੱਖ ਲੇ ਲੇਕਿਨ ਫਿਰ ਮੈਂ ਲੈਣੀ ਹੈ ਇਹ ਨਾ ਕੋ ਆਖੇ ਮੈਂ ਐਂ ਦੀਆਂ ਛਾਵਾਂ ਜੋ
ਤੇਲ ਵਾਲੇ ਨਾ ਉਹ ਲੈ ਜਾਣ ਤੇ ਵੇਚਦੇ ਹੀ ਨਹੀਂ ਜੀ। ਬਿਹਤਰ ਹੋ ਗਿਆ ਮਾਸ਼ਾਅੱਲਾ ਜੀ। ਨੰਬਰ 13 ਤੇ ਚੈੱਕ ਕਰਾਈਏ ਕੀਮਤ ਡਿਮਾਂਡ 6 ਲੱਖ ਮਾਸ਼ਾਅੱਲਾ ਜੀ। ਪਿੱਛੇ ਤੇ ਬੱਚਾ ਸੀ, ਖੂਬਸੂਰਤੀ ਦੋਸਤਾਂ ਫਿਰ ਵੇਖ ਲੈਣੀ ਹੈ। ਠੀਕ ਹੈ ਜੀ, ਆਓ ਜੀ ਸੂਬੇਦਾਰ ਸਾਹਿਬ। ਲਿਆਓ ਭਾਈ ਅੱਗੇ ਨੰਬਰ 14 ਲਈ ਅੱਗੇ ਆ ਗਈ ਮਾਸ਼ਾਅੱਲਾ ਜੀ। ਨੰਬਰ 14 ਤੇ ਆ ਗਈ ਟੋਰੇ ਜੀ। ਨੰਬਰ 14 ਹੈ ਵਿਚੂੰ ਗਈ ਇਹ ਕਿਨਵਾ ਸੁਆ ਜੀ ਦਾ ਪੁਰਾਣੀ ਰਸਮ ਰਿਵਾਜ ਕਿਨਵਾ ਸੁਆ ਜੀ ਦਾ ਇਹਦਾ ਫਰਾਜ਼ ਦਾ ਦੂਜਾ ਸੁਆ ਜੀ। ਕਿਦਾਂ ਦੀ ਸੂਈ ਹੈ ਸੁਬੇਦਾਰ ਸਾਹਿਬ? ਜਿੰਨੇ 7 ਲੱਖ ਦੀ ਮੈਂ ਲੈ ਜੀ ਉਹਦੇ ਨਾਲ ਸੁਆ ਬਹੁਤਾ ਕਰਾਈ। ਕਿਦਾਂ ਦੀ ਸੂਈ ਹੈ? ਇਹਨੂੰ ਰਾਤ ਦੀ ਸੂਈ ਜੀ। ਸੁਬਾ ਦੂਸਰਾ ਵੇ ਨੰਬਰ 14 ਤੇ ਆ ਗਈ ਰਾਤ ਦੀ ਸੂਈ ਹੈ ਭਾਈ ਟੋਰੇ ਜੀ। ਕਿੰਨਾ ਕੁ ਬੋਲਿਆ ਦੇ ਕੋਲ ਪਿੱਛੇ ਬੱਚੀ ਬੱਚੀ ਮਾਸ਼ਾਅੱਲਾ ਜੀ। ਬੱਚੇ ਦਾ ਚਿਹਰਾ ਵੀ ਦੋਸਤਾਂ ਵੇਖਣਾ ਭਾਈ ਸਹੀ ਤਾਂ ਗਿਲਿਆ ਜ਼ਰਾ ਟੋਰੇ ਜੀ। ਕਿੰਨਾ ਕੁ ਬੋਲਿਆ ਸੂਬੇਦਾਰ ਸਾਹਿਬ ਦੇ ਕੋਲ? ਪਹਿਲਾਂ ਹੀ ਬੋਲਾ ਕੱਢਿਆ ਜੀ ਉਹ 7:30 ਕਿ 2 ਬਾਲਟੀਆਂ ਮੈਂ ਬੈਠਾ ਰਾਤੀ ਦੇ ਦੋਏ ਭਰ ਛੜੀਆਂ ਹਜੇ ਜੀ। ਬਿਹਤਰ ਹੋ ਗਿਆ ਖਾਣ ਵੀ ਸੋਹਣਾ ਮਾਸ਼ਾਅੱਲਾ ਜੀ। ਕੋਈ ਚੇਕ ਵੀ ਮਾਸਾ ਹੋਏਗੀ ਮੈਂ ਨਹੀਂ ਕਹਿੰਦਾ ਕਿ ਨਹੀਂ ਉੱਥੇ ਕੋਈ ਚੇਕ। ਕੀ ਰੇਟ ਹੈ ਜੀ ਇਹਦਾ? ਇਹਦਾ ਫਰਾਜ਼ ਸਾਹਿਬ ਬਰਖੋਦਾਰ ਤੇਰੀ ਗਾਂ ਦਾ ਕਿੰਨਾ ਰੇਟ ਲਾਉਂ ਦੱਸ? 70, 2, 70 ਮੇਰੇ ਨਾਲ ਲੋਕ ਪਿਆਰ ਕਰਦੇ ਨੇ, 70 ਲੈਣਾ ਇਹਦਾ ਸਿਰਫ 2,55,000। ਉਹ ਜਿਹੜੇ ਜਿੰਨੇ ਲੈਣੀ ਹੈ ਨਾ 10 ਲੱਖ ਦੀ ਮੈਂ ਉਹਦੇ ਨਾਲ ਸਵਾਦ ਬਹੁਤਾ। 2,55,000 ਜੀ। ਬਿਹਤਰ ਹੋ ਗਿਆ ਜੀ ਜੀ। ਮੇਰਾ ਪੁੱਤਰ ਉਹ ਵੀ ਸ਼ੌਕ ਆਇਆ ਉਹਨੂੰ ਵੀ ਖਾਓ। ਆਓ ਜੀ ਭਾਈ ਚਾਹੁੰਦਾ ਆਓ ਜੀ। ਨਾਲੇ ਕਹਿ ਰਹੇ ਹੋ ਕੱਚੀ ਅਗਲੀ ਵੀਡੀਓ 'ਚ ਸ਼ੋਅ ਕਰਵਾਉਣਾ ਹੈ। ਅਗਲੀ 'ਚ ਕਰਾਣੀ ਸਰ, ਮੇਰਾ ਪੁੱਤਰ ਵੀ ਸ਼ੌਕ ਆ। ਠੀਕ ਹੈ ਮਾਸ਼ਾਅੱਲਾ ਜੀ। ਦੇਖਾ ਮੇਰਾ ਸੋਹਣੇ ਮਾਲ ਪਰ ਸਿੱਧੀ ਟੋਰ ਪਿੱਛੋਂ ਖਾ ਜਿੰਦਾਬਾਦ ਮਾਸ਼ਾਅੱਲਾ। ਇਹਦਾ ਕਿੰਨਾ ਸੁਆ ਸੁਬੇਦਾਰ ਸਾਹਿਬ? ਠੀਕ ਹੈ ਲਿਆਓ ਭਾਈ ਚਾਂਦ ਇਹ ਗੱਬਣ ਵਾਲੇ। ਅਗਲੀ ਵੀਡੀਓ 'ਚ ਇਨਸ਼ਾਅੱਲਾ ਦੋਸਤਾਂ ਨੂੰ ਪੂਰੀ ਤਸੱਲੀ ਦੀ ਕਰਵਾਵਾਂਗੇ। ਕਾਦਾ ਵਰੇ ਮਾਸ਼ਾਅੱਲਾ ਜੀ। ਸੁਆ ਦੂਸਰਾ ਵੇ ਹੈ ਵੀ ਮੁੰਨੀ ਹੈ ਜੀ। ਦੇਣਾ ਰੇਟ ਦਾ ਨਹੀਂ ਫਰਾਜ਼ ਸਾਹਿਬ, ਇਹ ਮੈਂ ਕੋਈ ਠਰਕ ਦੱਸ ਤੇ ਮੈਨੂੰ ਕਹਿੰਦੇ ਇਹ ਮੈਂ ਦੇਖਣੀ ਹੈ ਨਾ ਟੁਰ ਜਾਣੀ ਹੈ ਨਾ। ਇਹ ਅਗਲੀ ਜਿਹੜੀਆਂ ਲਿਆਉਣੀਆਂ ਨੇ ਉਹਨਾਂ ਦੇ ਆਉਣ ਤੱਕ ਇਹਨੂੰ ਵੇਚਦਿਆਂ ਦਿਆਂਗੇ ਤਾਂ ਨਸ਼ਾ ਹੁੰਦਾ ਰਹੇਗਾ ਜੀ। ਬਿਹਤਰ ਹੋ ਗਿਆ। ਛੋਟੀ ਛੋਟੀ ਖਾਣੀ ਛੱਡੀ ਹੈ, ਸਿਰਫ ਨਸ਼ਾ ਹੀ ਕਹਿੰਦਾ। ਪਾਣੀ ਪੀ ਲਿਆ ਦੋ ਖਜੂਰਾਂ ਦਾ, ਰੋਜ਼ਾ ਲੱਗਦਾ ਸਵੇਰੇ, ਉਹ ਪਾਈਆ ਕੇ ਦਹੀਂ ਖਾ ਕੇ ਉਹ ਘਰਦਿਆਂ ਨੇ ਰੋਟੀ ਕਿਉਂ ਨਹੀਂ ਖਾਂਦਾ? ਮੈਂ ਕਿਹਾ ਤੁਹਾਨੂੰ ਹਾਂ ਮੇਰਾ ਨਸ਼ਾ ਹੀ ਹੋ ਜਾਂਦਾ, ਰੋਟੀ ਬਸ ਖਾਧੀ ਜੀ। ਠੀਕ ਹੈ, ਮਜ਼ੀਦ ਕੋ ਦੋਸਤਾਂ ਵਾਸਤੇ ਪੇਗਾਮ? ਪੇਗਾਮ ਫਰਾਜ਼ ਸਾਹਿਬ ਇਹ ਕਿ ਨੇਕ ਦੀਦੀ ਨਾਲ ਕਾਰੋਬਾਰ ਕਰੋ, ਆਪਣੇ ਕੰਮ ਨਾਲ ਕੰਮ ਰੱਖੋ, ਤੇ ਜੇ ਮੇਰਾ ਸੋਹਣਾ ਮਾਲਕ ਬਿਲਕੁਲ ਤੁਹਾਡੇ ਨਜ਼ਦੀਕ ਨਾ ਨਾ ਆ ਜਾਏਗਾ ਤੇ ਆ ਕੇ ਮੈਨੂੰ ਇੱਥੋਂ ਫੜ ਲਿਓ। ਸੂਬੇਦਾਰ ਸਾਹਿਬ ਇਹ ਗੱਲ ਤੂੰ ਕੀਤੀ ਤਾਂ ਤੇਰੀ ਗਲਤ ਨਿਕਲਦੀ ਹੈ, ਤੇ ਮਾਂ ਪਿਓ ਦਾ ਇਤਰਾਮ ਕਰੋ। ਕਦੀ ਜ਼ਿੰਦਗੀ 'ਚ ਇੱਕ ਯਾਦ ਰੱਖਿਓ, ਇਹ ਜਿਹੜੇ ਮਾਂ ਪਿਓ ਦੇ ਗੁਸਤਾਖ ਨੇ ਨਾ ਉਹਨਾਂ ਵਾਸਤੇ ਮੇਰਾ ਪੈਗਾਮ ਹੈ, ਕਦੀ ਮਾਂ ਪਿਓ ਔਲਾਦ ਦਾ ਦੁਸ਼ਮਣ ਨਹੀਂ ਹੋਇਆ। ਕਦੀ ਮਾਂ ਪਿਓ ਆਪਣੀ ਔਲਾਦ ਦਾ ਦੁਸ਼ਮਣ ਨਹੀਂ ਹੋਇਆ, ਔਲਾਦ ਕਦੇ ਜਿੱਡੀ ਵੀ ਮਰਜ਼ੀ ਭੈੜੀ ਉਹਦਾ ਦੁਸ਼ਮਣ ਨਹੀਂ ਹੋਏਗਾ। ਪਰ ਵੇਖੋ ਨਾ ਕਿ ਰਾਤੀ ਪੁੱਤਰ ਜਾ ਕੇ ਸੌਂ ਰਿਹਾ ਸੀ, ਮੈਂ ਰਾਤੀ ਗਾਈਆਂ ਆਉਂਦੀਆਂ ਤੇ ਇੱਥੇ 2 ਵਜੇ ਤੱਕ ਹੀ, ਹੁਣ ਸੁਬਾਹ ਦਾ ਆਇਆ ਤੇ ਸਿਰਫ ਦੌੜ ਕੇ ਜਾ ਕੇ ਜੁਮਾ ਪਾੜ ਕੇ ਤੇ ਫਟਾਫਟ ਆ ਗਿਆ, ਆ ਕੇ ਫਿਰ ਆਪਣੇ ਕੰਮ ਨਾਲ ਕੰਮ, ਤੇ ਪੁੱਤਰ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਹੈ ਮੈਂ ਤੇ ਕਿੱਥੇ ਨਹੀਂ। ਤੇ ਮੇਰੇ ਕੋਲ ਕਿਸੇ ਦੀ ਸ਼ਾਨ ਦੇ ਬਲ ਤਾਂ ਮੈਂ ਕਦੀ ਕੀਤੀ ਨਹੀਂ, ਕਿਸੇ ਦੀ ਸ਼ਾਨ ਦੇ ਖਿਲਾਫ ਗੱਲ ਹੋਈ ਤਾਂ ਮੈਂ ਹੱਥ ਬੰਨ ਕੇ ਉਹ ਕੋਲ ਮਾਦਾ ਚਲਾਂਗਾ। ਪਾਕ ਆਰਮੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਸਲਾਮ ਅਲੈ ਅੱਲਾ। ਜਦੋਂ ਮੈਂ ਹੱਥ ਬੰਨਣਾ ਨਾ ਫਰਾਜ਼ ਸਾਹਿਬ, ਮੇਰਾ ਸੋਹਣਾ ਮਾਲਕ ਇੱਧਰ ਵੇਖੋ ਮੇਰੇ ਬਿਲਕੁਲ ਨਜ਼ਦੀਕ ਆ ਜਾਂਦਾ ਜੀ, ਅਤੇ ਮੈਨੂੰ ਫਿਰ ਇੰਨੀ ਕੁ ਇੱਜ਼ਤ ਅਤੇ ਇੰਨੀ ਕੁ ਸ਼ਾਨ ਅਤੇ ਇੰਨੀ ਕੁ ਖੁਸ਼ੀਆਂ ਦਿੰਦਾ ਨਾ। ਉਹਨੇ ਆਖਿਆ ਜਦੋਂ ਫੜ ਲੱਗੇਗਾ, ਆ ਵੇਖੋ ਸਫੈਦਾ ਕਿੱਡਾ ਲੰਮਾ ਹੈ, ਜਦੋਂ ਹਨੇਰੀ ਆਏਗੀ ਨਾ ਤਾਂ ਕੜਲ
ਕਦੀ ਨਿੰਬੂਆਂ ਦੇ ਕਦੀ ਨਿੰਬੂਆਂ ਦਾ ਬੂਟਾ ਵੀ ਉਹਦੇ ਡਾਂਹ ਟੁੱਟੇ ਵੇਖੇ ਜੇ, ਕਿੰਨੂਆਂ ਦੇ ਵੀ ਕਦੀ ਟੁੱਟੇ ਵੇਖੇ, ਜਿਹੜੇ ਭਰਾ ਮੇਰੇ ਸਰਗੋਹ ਦੇ ਕਿੰਨੂ ਲਾਉਂਦੇ ਨੇ ਕਦੀ ਉਹਨਾਂ ਦੇ ਟੁੱਟੇ ਵੇਖੇ ਜੇ। ਜਦੋਂ ਵੀ ਟੁੱਟਦਾ ਨਾ ਆਕੜੀ ਸ਼ੈ ਟੁੱਟਦੀ ਹੈ, ਲਿਫੀ ਹੋਈ ਸ਼ੈ ਕਦੀ ਜਿਹੜੀ ਲਿਫ ਜਾਂਦੀ ਉਹ ਕਦੀ ਟੁੱਟੇਗੀ। ਸਲਾਮ ਅਲੈਕੁਮ ਜੀ, ਮਿਹਰਬਾਨੀ, ਸ਼ੁਕਰੀਆ ਕਿ ਚੱਲਣਾ।